आईडी थे। सर मैम जी आईडी तो लाइन हो रहे हैं और चलन ऐड कर दीजिए। टैग फ्रेंड है गाइस। सत श्री अकाल जी सारिआं नूं, मैं मोहिंदर कौर फ्लाई अब्रॉड इमीग्रेशन तो। एक्सेप्ट करो। ऑलरेडी नहीं हूँ भेजी है, जस्ट नाउ थल्ले ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮੋਹਿੰਦਰ ਕੌਰ ਮੈਨੇਜਿੰਗ ਡਾਇਰੈਕਟਰ ਫਲਾਈ ਅਬਰੋਡ ਇਮੀਗ੍ਰੇਸ਼ਨ ਅੰਮ੍ਰਿਤਸਰ ਤੋਂ। ਅੱਜ ਮੈਂ ਆਪਣੀ ਆਈਡੀ ਤੇ ਜਿਹੜਾ ਵਾ ਅੱਜ ਲਾਈਵ ਹੋਈ ਆ। ਜਿਵੇਂ ਕਿ 2 ਦਿਨ ਪਹਿਲਾਂ ਮੈਂ ਇੱਕ ਪੋਸਟ ਪਾਈ ਸੀ ਲਵਰਾਜ ਗਰੇਵਾਲ ਜਿਹੜੇ ਕਿ ਕੋਟਕੋਰ ਕਾਲਜ ਬ੍ਰਿਟਿਸ਼ ਕੋਲੰਬੀਆ ਦੇ ਕੋਟਕੋਰ ਕਾਲਜ ਦੇ ਰਿਕਰੂਟਿੰਗ ਆਫੀਸਰ ਨੇ, ਜਿਹੜੇ ਕਿ ਸਟੂਡੈਂਟਸ ਨੂੰ ਅਸੀਂ ਪ੍ਰੋਮੋਟ ਕਰਦੇ ਆ, ਤੇ ਉਸ ਨੂੰ ਲੈ ਕੇ ਤੇ ਕੁਝ ਇਨਫੋਰਮੇਸ਼ਨ ਸੀ ਕਿ ਸਟੂਡੈਂਟਸ ਨੂੰ ਦੇਣੀ ਸੀ ਕਿ ਲੇਟੈਸਟ ਕਮਿੰਗ ਅਪਕਮਿੰਗ ਜਿਹੜਾ ਵਾ ਇਨਟੇਕ ਹੈਗਾ ਉਸ ਦੇ ਨਾਲ ਰਿਲੇਟਡ ਤੁਹਾਨੂੰ ਇਨਫੋਰਮੇਸ਼ਨ, ਪਲੱਸ ਕਿਹੜੇ ਕਿਹੜੇ ਉਹਨਾਂ ਦੀ ਬੈਂਡ ਰਿਕੁਆਇਰਮੈਂਟਸ ਹੋਣਗੇ, ਕੀ ਪਰਸੈਂਟੇਜ ਰਿਕੁਆਇਰਡ ਹੋਣਗੇ, ਸਾਰੀ ਡਿਟੇਲਸ ਦੇ ਵਿੱਚ ਬਰੀਫ ਇਨਫੋਰਮੇਸ਼ਨ ਲੈ ਕੇ ਆਉਂਦਿਆਂ ਹੋਇਆਂ ਲਵਰਾਜ ਗਰੇਵਾਲ ਮੇਰੇ ਨਾਲ ਜਿਹੜੇ ਐਡ ਹੋ ਚੁੱਕੇ ਨੇ, ਤੇ ਪਲੀਜ਼ ਹੈਵ ਅ ਲੁੱਕ ਐਟ ਲਵਰਾਜ ਗਰੇਵਾਲ ਐਂਡ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਮੇਰੇ ਅੱਜ ਪੇਜ ਤੇ ਜਾਂ ਮੇਰੀ ਆਈਡੀ ਤੇ। ਹੈਲੋ ਜੀ, ਸਤਿ ਸ਼੍ਰੀ ਅਕਾਲ, ਨਮਸਤੇ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ? ਹਾਲ ਚਾਲ ਵਧੀਆ ਜੀ, ਬਸ ਆਈਵ ਬੀਨ ਟ੍ਰਾਈਂਗ ਪਹਿਲਾਂ ਯਾ ਵੀ ਟ੍ਰਾਈਡ ਅ ਲੋਟ ਯਾ ਯਾ ਕਦੇ ਰਿਕੁਐਸਟ ਜਾ ਨਹੀਂ ਰਹੀ ਸੀ, ਕਦੇ ਰਿਕੁਐਸਟ ਆ ਨਹੀਂ ਰਹੀ ਸੀ, ਸੋ ਇਸ ਕਰਕੇ ਯਾ ਮੈਂ ਆਪਣੇ ਫੇਸਬੁੱਕ ਫਰੈਂਡਸ ਨੂੰ ਇੱਥੇ ਦੱਸਦਾ, ਜਿੰਨੇ ਮੇਰੇ ਫੇਸਬੁੱਕ ਵਿਊਅਰਸ ਨੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ, ਅਸੀਂ ਕੁਝ ਟਾਈਮ ਪਹਿਲਾਂ 5-7 ਮਿੰਟ ਪਹਿਲਾਂ ਆਪਣੇ ਫੇਸਬੁੱਕ ਪੇਜ ਤੇ ਜਿਹੜਾ ਫਲਾਈ ਅਬਰੋਡ ਇਮੀਗ੍ਰੇਸ਼ਨ ਦਾ ਪੇਜ ਸੀਗਾ ਉਹਦੇ ਤੇ ਕਾਫੀ ਟਰਾਈ ਕੀਤਾ, ਪਰ ਉੱਥੇ ਸਾਡੀ ਜਿਹੜੀ ਆ ਕੁਝ ਟੈਕਨੀਕਲ ਪ੍ਰੋਬਲਮ ਦੇ ਕਾਰਨ ਅਸੀਂ ਲਾਈਵ ਨਹੀਂ ਹੋ ਪਾਏ, ਤੇ ਹੁਣ ਮੈਂ ਆਪਣੀ ਪਰਸਨਲ ਆਈਡੀ ਤੇ ਲਾਈਵ ਹੋ ਰਹੀ ਹਾਂ, ਤੇ ਆਓ ਆਪਾਂ ਗੱਲਬਾਤ ਕਰੀਏ ਲਵਰਾਜ ਗਰੇਵਾਲ ਗਰੇਵਾਲ ਜੀ ਨਾਲ। ਗ੍ਰੇਟ, ਲਵਲੀ, ਥੈਂਕ ਯੂ ਵੈਰੀ ਮਚ ਜੀ ਕਿ ਤੁਸੀਂ ਇੱਥੇ ਸਾਨੂੰ ਇਸ ਪਲੈਟਫਾਰਮ ਤੇ ਬੁਲਾਇਆ, ਤੇ ਅੱਜ ਕੱਲ੍ਹ ਇਹ ਪਲੈਟਫਾਰਮ ਬਹੁਤ ਜ਼ਿਆਦਾ ਇੱਕ ਤਰ੍ਹਾਂ ਇੱਕ ਨੈਸੈਸਿਟੀ ਬਣ ਚੁੱਕਿਆ ਹੈ ਹਰ ਬੱਚੇ ਦੇ ਲਈ, ਬਿਕਾਜ਼ ਕੋਵਿਡ ਕਰਕੇ ਮਿਲ ਤਾਂ ਸਕਦੇ ਨਹੀਂ, ਨਾ ਆਫਿਸ ਆ ਸਕਦੇ ਹਾਂ, ਤੇ ਇਸ ਕਰਕੇ ਜਿਹੜੇ ਆਨਲਾਈਨ ਪਲੈਟਫਾਰਮ ਨੇ ਇੱਕ ਬਹੁਤ ਵਧੀਆ ਮੌਕਾ ਮਿਲਿਆ ਬੱਚਿਆਂ ਨੂੰ ਡਾਇਰੈਕਟਲੀ ਕਾਲਜਸ ਨਾਲ ਗੱਲ ਕਰਨ ਦਾ ਤੇ ਕੁਐਸਚਨਸ ਪੁੱਛਣ ਦਾ, ਤੇ ਜਿੰਨੀ ਵੀ ਰੋਂਗ ਇਨਫੋਰਮੇਸ਼ਨ ਆਨਲਾਈਨ ਕੁਛ ਅਨਸਰਟੀਫਾਈਡ ਬੰਦੇ ਜਿਹੜੇ ਆਨਲਾਈਨ ਪਾ ਰਹੇ ਨੇ ਉਹਨੂੰ ਅਵੋਇਡ ਕਰਨ ਦਾ, ਤੇ ਇੱਕ ਵਧੀਆ ਕੰਸਲਟੈਂਟ ਜਿਵੇਂ ਕਿ ਫਲਾਈ ਅਬਰੋਡ ਤੇ ਡਾਇਰੈਕਟਲੀ ਕਾਲਜਸ ਜਿਵੇਂ ਅਸੀਂ ਹਾਂ ਸਾਡੇ ਤੋਂ ਸਹੀ ਇਨਫੋਰਮੇਸ਼ਨ ਲੈਣ ਦਾ। ਸੋ ਥੈਂਕ ਯੂ ਵੈਰੀ ਮਚ, ਤੇ ਉਮੀਦ ਕਰਦਾ ਕਿ ਅੱਜ ਦਾ ਜਿਹੜਾ ਸੈਸ਼ਨ ਰਹੇਗਾ ਜੋ ਵੀ ਕੁਐਸਚਨ ਤੇ ਆਪਾਂ ਗੱਲ ਕਰਾਂਗੇ ਟੌਪਿਕ ਤੇ ਗੱਲ ਕਰਾਂਗੇ ਉਹ ਬੱਚਿਆਂ ਨੂੰ ਇੱਕ ਹੈਲਪ ਕਰਨਗੇ ਕਿ ਇੱਕ ਵਧੀਆ ਡਿਸੀਜਨ ਉਹ ਇੱਕ ਕਲੀਅਰ ਡਿਸੀਜਨ ਲੈ ਪਾਉਣ ਆਪਣੇ ਕੋਵਿਡ ਦੇ ਸਟੱਡੀ ਇਨ ਕੈਨੇਡਾ ਦਾ ਡਿਸੀਜਨ ਉਹ ਕਰਨਾ ਚਾਹੁੰਦੇ ਨੇ, ਤੇ ਉਹ ਨੈਗੇਟਿਵ ਸਾਰਾ ਦਿਮਾਗ ਚੋਂ ਕੱਢ ਕੇ ਇਸ ਚੀਜ਼ ਨੂੰ ਵਧੀਆ ਤਰ੍ਹਾਂ ਸੁਣ ਸਕਣ। ਸੋ ਸ਼ੁਰੂ ਕਰਦੇ ਹਾਂ ਥੋੜ੍ਹੇ ਤੋਂ, ਕਿਸ ਤਰ੍ਹਾਂ ਦੇ ਕੁਐਸਚਨ ਜਿਹੜੇ ਬੱਚੇ ਤੁਹਾਡੇ ਕੋਲ ਜ਼ਿਆਦਾਤਰ ਪੁੱਛ ਰਹੇ ਨੇ ਆਪਾਂ ਪਹਿਲਾਂ ਉਹ ਤੋਂ ਸ਼ੁਰੂ ਕਰਦੇ ਹਾਂ। ਐਗਜ਼ੈਕਟ, ਪਲੀਜ਼। ਠੀਕ ਹੈ, ਬਹੁਤ ਸਾਰੀ ਕੁਐਰੀਜ਼ ਹੁੰਦੀ ਹੈ ਲਵਰਾਜ, ਜਿਵੇਂ ਕਿ ਜਿਹੜਾ ਹੁਣ ਵਾਲਾ ਕਮਿੰਗ ਇਨਟੇਕ ਹੈਗਾ, ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਹੁਣ ਕਿਹੜਾ ਇਨਟੇਕ ਹੈਗਾ ਇਸ ਕਾਲਜ ਦਾ? ਸਾਡੇ ਕੋਲ ਸਪਟੈਂਬਰ 2020 ਜਿਹੜਾ ਹੁਣ ਚੱਲ ਰਿਹਾ ਸਪਟੈਂਬਰ ਦਾ ਇਨਟੇਕ ਹਜੇ ਓਪਨ ਹੈ, ਤੇ ਅਸੀਂ ਬੱਚਿਆਂ ਦੀ ਐਪਲੀਕੇਸ਼ਨ ਜਿਹੜੀਆਂ ਨੇ ਅਸੈਪਟ ਕਰ ਰਹੇ ਹਾਂ, ਤੇ ਬੱਚਿਆਂ ਲਈ ਕਾਫੀ ਇੱਕ ਈਜ਼ੀ ਪਲੈਟਫਾਰਮ ਲੈ ਕੇ ਆਏ ਹਾਂ ਇਸ ਕੋਵਿਡ ਦੇ ਚੱਲਦੇ, ਬਿਕਾਜ਼ ਕਿਤੇ ਨਾ ਕਿਤੇ ਬੱਚਿਆਂ ਨੂੰ ਦਿੱਕਤ ਆ ਰਹੀ ਸੀ ਜਾਂ ਲੈਂਗੁਏਜ ਐਗਜ਼ਾਮ ਦੇ ਵਿੱਚ ਤਾਂ ਜਾਂ ਫਿਰ ਫੀਸ ਇਕੱਠੀ ਕਰਨ ਦੇ ਵਿੱਚ, ਤਾਂ ਅਸੀਂ ਕਿਤੇ ਨਾ ਕਿਤੇ ਅਸੀਂ ਬੱਚਿਆਂ ਨੂੰ ਰਿਲੈਕਸੇਸ਼ਨ ਦੇਣ ਦੇ ਲਈ ਵੀ ਈਜ਼ੀਲੀ ਅਪਲਾਈ ਕਰ ਸਕਣ, ਬਹੁਤ ਅਲੱਗ ਅਲੱਗ ਤਰ੍ਹਾਂ ਦੇ ਬੱਚਿਆਂ ਲਈ ਬੈਨੀਫਿਟਸ ਲੈ ਕੇ ਆਏ ਹਾਂ ਸਪਟੈਂਬਰ ਇੰਟੇਕ ਲਈ। ਓਕੇ, ਤੇ ਸਰ ਦੱਸੋਗੇ ਤੁਸੀਂ ਆਫਰ ਲੈਟਰ ਅਪਲਾਈ ਕਰਨ ਵਾਸਤੇ ਡੁਲਿੰਗੋ ਦਾ ਟੈਸਟ ਜਿਹੜਾ ਇੱਥੇ ਦੇਣਾ ਪਏਗਾ ਜਾਂ ਵਿਦਆਊਟ ਉਸਦੇ ਵੀ ਬੱਚੇ ਅਪਲਾਈ ਕਰ ਸਕਦੇ ਨੇ? ਮੇਰਾ ਫਰਸਟ ਕੁਐਸਚਨ ਹੈ। ਰਾਈਟ, ਦੇਖੋ ਜੀ, ਡੁਓਲਿੰਗੋ ਐਗਜ਼ਾਮ ਜਿਹੜਾ ਹੈਗਾ ਉਹ ਇੱਕ ਵਧੀਆ ਤੇ ਈਜ਼ੀ ਐਗਜ਼ਾਮ ਹੈ, ਅਸੀਂ ਅਕਸੈਪਟ ਕਰ ਰਹੇ ਹਾਂ ਬੱਚਾ ਜੇ ਉਹਨੇ ਆਪਣਾ ਕੋਈ ਹੋਰ ਲੈਂਗੁਏਜ ਦਾ ਐਗਜ਼ਾਮ ਨਹੀਂ ਦਿੱਤਾ ਹੈ, ਜਿਵੇਂ ਕਿ ਬੱਚੇ ਨੇ ਜੇ IELTS, PTE, TOEFL, CAL ਕੋਈ ਹੋਰ ਐਗਜ਼ਾਮ ਨਹੀਂ ਦਿੱਤਾ ਔਰ ਕੋਵਿਡ ਦੇ ਚੱਲਦੇ, ਤਾਂ ਉਹ ਬੱਚਾ ਡੁਓਲਿੰਗੋ ਦਾ ਐਗਜ਼ਾਮ ਦੇ ਕੇ 100 ਮਿਨੀਮਮ ਸਕੋਰ ਲੈ ਕੇ ਜਿਹੜਾ ਹੈ ਆਫਰ ਲੈਟਰ ਲੈ ਸਕਦਾ ਹੈ, ਕੋਈ ਕੰਡੀਸ਼ਨ ਦੀ ਲੋੜ ਨਹੀਂ ਹੋਏਗੀ ਉਹਨੂੰ ਫਿਰ ਆਫਰ ਦੇ ਉੱਤੇ, ਅਨਕੰਡੀਸ਼ਨਲ ਪ੍ਰੋਪਰ ਆਫਰ ਲੈਟਰ ਮਿਲ ਜਾਏਗੀ। ਤੇ ਇੱਕ ਹੋਰ ਚੀਜ਼ ਹੈ, ਅਸੀਂ ਵੈਸੇ ਅਕਸੈਪਟ ਕਰਦੇ ਹਾਂ IELTS 6 ਓਵਰਆਲ ਤੇ 5.51 ਮੋਡਿਊਲ ਦੇ ਵਿੱਚ,
ਪਰ ਸਪਟੈਂਬਰ ਇਨਟੇਕ ਦੇ ਵਿੱਚ ਬੱਚਿਆਂ ਨੂੰ ਜਿਵੇਂ ਦੱਸਿਆ ਰਿਲੈਕਸੇਸ਼ਨ ਦੇਣ ਦੇ ਲਈ ਅਸੀਂ 2.5 ਵੀ ਅਸੈਪਟ ਕਰ ਰਹੇ ਹਾਂ ਤੇ ਜਿਹੜੇ ਬੱਚੇ ਦੇ ਪਹਿਲਾਂ ਹੀ 6 ਓਵਰਆਲ 2.5 ਆਇਆ ਹੋਇਆ ਸੀ ਤੇ ਦੁਬਾਰਾ ਤੋਂ IELTS ਨਹੀਂ ਦੇ ਪਾਇਆ ਹਜੇ ਤਾਂ ਉਹਨੂੰ ਡੁਓਲਿੰਗੋ ਦੀ ਲੋੜ ਨਹੀਂ ਹੈ ਉਹ 2.5 ਤੇ ਵੀ ਅਸੈਪਟੈਂਸ ਲਈ ਅਸੀਂ ਦੇ ਦਾਂਗੇ ਓਕੇ ਇਹ ਯੂਜੀ ਪ੍ਰੋਗਰਾਮ ਨੇ ਜਾਂ ਪੀਜੀ ਵਾਸਤੇ ਹੈਗਾ ਪਹਿਲਾਂ ਦੱਸੋ ਕਿ ਯੂਜੀ ਕੇ ਪੀਜੀ ਪ੍ਰੋਗਰਾਮ ਸੇ ਦੋਨੋਂ ਹੀ ਹੈਗੇ ਨੇ ਜਾਂ ਇੱਕ ਹੈਗਾ ਇਹਨਾਂ ਦੋਨਾਂ ਚੋਂ ਸਾਡੇ ਕੋਲ ਦੋਨਾਂ ਦਾ ਕੰਬੀਨੇਸ਼ਨ ਹੈ ਐਡਵਾਂਸ ਡਿਪਲੋਮਾ ਸੋ ਐਡਵਾਂਸ ਡਿਪਲੋਮਾ ਦਾ ਮਤਲਬ ਹੈ ਇੱਕ ਉਹ ਪ੍ਰੋਗਰਾਮ ਜਿਹੜਾ ਕਿ ਉਸ ਕੈਂਡੀਡੇਟ ਲਈ ਜਾਂ ਉਸ ਸਟੂਡੈਂਟ ਲਈ ਬਣਾਇਆ ਗਿਆ ਹੈ ਜਿਹੜਾ ਕਰੀਅਰ ਓਰੀਐਂਟਿਡ ਹੈ ਕਰੀਅਰ ਓਰੀਐਂਟਿਡ ਤੋਂ ਮੇਰਾ ਮਤਲਬ ਹੈ ਕਿ ਉਹ ਥਰੈਟੀਕਲ ਟ੍ਰੇਨਿੰਗ ਦੇ ਵਿੱਚ ਇੰਨਾ ਬਿਲੀਵ ਨਾ ਕਰਕੇ ਉਹ ਇੱਕ ਵਧੀਆ ਜੋਬ ਲੈਣਾ ਚਾਹੁੰਦਾ ਉਹਨਾਂ ਲਈ ਐਡਵਾਂਸ ਡਿਪਲੋਮਾ ਬਣਾਏ ਗਏ ਨੇ ਤਾਂ ਇਹਦੇ ਵਿੱਚ 12th ਵਾਲਾ ਬੱਚਾ ਵੀ ਜਾ ਸਕਦਾ 12th ਤੋਂ ਬਾਅਦ ਜਿਸਨੇ ਡਿਪਲੋਮਾ ਕੀਤਾ ਉਹ ਵੀ ਜਾ ਸਕਦਾ ਤੇ ਇੱਕ ਬੈਚਲਰ ਡਿਗਰੀ ਹੋਲਡਰ ਵੀ ਜਾ ਸਕਦਾ ਸੋ ਤਿੰਨ ਤਰ੍ਹਾਂ ਦੇ ਬੱਚੇ ਇੱਕੋ ਕਲਾਸਰੂਮ ਦੇ ਵਿੱਚ ਪੜ੍ਹਦੇ ਆ ਤੇ ਬਹੁਤ ਡਾਈਵਰਸਿਫਾਈਡ ਇਨਵਾਇਰਮੈਂਟ ਮਿਲਦਾ ਬੱਚੇ ਨੂੰ ਇੱਕ ਦੂਜੇ ਤੋਂ ਸਿੱਖਣ ਦਾ ਮੌਕਾ ਤੇ ਅੱਗੇ ਚੱਲ ਕੇ ਤਾਂ ਹੀ ਜੋਬ ਵੀ ਬਹੁਤ ਵਧੀਆ ਲੱਗਦੀਆਂ ਨੇ ਓਕੇ ਪਰਸੈਂਟੇਜ ਦੀ ਆਪਾਂ ਗੱਲ ਕਰੀਏ ਤੇ ਪਰਸੈਂਟੇਜ ਕੀ ਰਿਕੁਆਇਰਡ ਹੋਣਗੇ ਅਲੱਗ ਅਲੱਗ ਕੈਟੇਗਰੀ ਦੇ ਵਿੱਚ ਪਲੀਜ਼ ਦੱਸ ਦਿਓ ਸਾਡੇ ਸਾਰੇ ਕੰਬੀਨੇਸ਼ਨ ਪ੍ਰੋਗਰਾਮਸ ਦੇ ਲਈ 55% ਮਿਨਿਮਮ ਰਿਕੁਆਇਰਮੈਂਟ ਹੈ ਐਕਸੈਪਟ ਇੱਕ ਪ੍ਰੋਗਰਾਮ ਜਿਹੜਾ ਕਿ ਟੈਕਨੋਲੋਜੀ ਦਾ ਪ੍ਰੋਗਰਾਮ ਹੈ ਤੇ ਜਿਹੜਾ ਸਾਡੇ ਇੱਕ ਖਾਸ ਇੰਸਟੀਟਿਊਸ਼ਨ ਪਾਰਟਨਰ ਨਾਰਥ ਆਈਲੈਂਡ ਕਾਲਜ ਵੈਨਕੂਵਰ ਆਈਲੈਂਡ ਦੇ ਵਿੱਚ ਤੇ ਕੋਰਡਕੋਰ ਕਾਲਜ ਅਸੀਂ ਦੋਨਾਂ ਨੇ ਇਹ ਮਿਲ ਕੇ ਪਾਰਟਨਰਸ਼ਿਪ ਪ੍ਰੋਗਰਾਮ ਬਣਾਇਆ ਹੈ ਇਹਦਾ ਮਤਲਬ ਹੈ ਇੰਡੀਆ ਤੋਂ ਨਾਰਥ ਆਈਲੈਂਡ ਕਾਲਜ ਤੇ ਕੋਰਡਕੋਰ ਕਾਲਜ ਦੋਨਾਂ ਦਾ ਅਸੈਪਟੈਂਸ ਆਫਰ ਜਿਹੜਾ ਹੈਗਾ ਅਸੈਪਟੈਂਸ ਤੇ ਆਫਰ ਦੋਨਾਂ ਦੀ ਮਿਲ ਕੇ ਆਏਗੀ ਇੰਡੀਆ ਤੋਂ ਹੀ ਇਹ 3 ਸਾਲ ਦਾ ਐਡਵਾਂਸ ਡਿਪਲੋਮਾ ਉਹਦੇ ਵਿੱਚ 60% ਮਿਨਿਮਮ ਰਿਕੁਆਇਰਮੈਂਟ ਹੈ ਅਦਰਵਾਈਜ਼ ਬਾਕੀ ਸਾਰੇ ਪ੍ਰੋਗਰਾਮ ਦੇ ਵਿੱਚ ਮਿਨਿਮਮ 55% ਰਿਕੁਆਇਰਡ ਹੈ ਗੁੱਡ ਥਿੰਗ ਇਜ਼ ਮੈਥ ਰਿਕੁਆਇਰਮੈਂਟ ਮੈਥ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਨਾ ਉਹ ਬਿਜ਼ਨਸ ਦੇ ਪ੍ਰੋਗਰਾਮ ਲਈ ਹੈ ਨਾ ਉਹ ਸਾਡੇ ਟੈਕਨੋਲੋਜੀ ਜਿਵੇਂ ਕਿ ਕੰਪਿਊਟਿੰਗ ਸਾਇੰਸ ਡਿਵੈਲਪਮੈਂਟ ਉਹਦੇ ਲਈ ਵੀ ਨਹੀਂ ਹੈ ਸਿਰਫ ਜਿਹੜਾ NIC ਵਾਲਾ ਪ੍ਰੋਗਰਾਮ ਸਾਡਾ ਜਿਹੜਾ ਜੁਆਇੰਟ ਪ੍ਰੋਗਰਾਮ ਉਹਦੇ ਵਿੱਚ ਮੈਥ ਰਿਕੁਆਇਰਮੈਂਟ ਹੈ ਅਦਰਵਾਈਜ਼ ਕਿਸੇ ਪ੍ਰੋਗਰਾਮ ਦੀ ਮੈਥ ਰਿਕੁਆਇਰਮੈਂਟ ਨਹੀਂ ਹੈ ਇੱਕ ਆਰਟਸ ਵਾਲਾ ਬੱਚਾ ਵੀ ਜਾ ਸਕਦਾ ਹੈ ਕਾਮਰਸ ਵਾਲਾ ਵੀ ਜਾ ਸਕਦਾ ਹੈ ਨਾਨ ਮੈਡੀਕਲ ਵਾਲਾ ਵੀ ਜਾ ਸਕਦਾ ਹਿਊਮੈਨਿਟੀਜ਼ ਵਾਲਾ ਵੀ ਜਾ ਸਕਦਾ ਮੈਡੀਕਲ ਵਾਲਾ ਵੀ ਜਾ ਸਕਦਾ ਡਿਪੈਂਡਿੰਗ ਔਨ ਆਪਣੇ ਆਪ ਨੂੰ ਫਿਊਚਰ ਦੇ ਵਿੱਚ ਕਿੱਥੇ ਦੇਖਦਾ ਬੱਚਾ ਇਹ ਤਾਂ ਬੜੀ ਓਪਰਚੁਨਿਟੀ ਹੈਗੀ ਕਿ ਹਰ ਸਟਰੀਮ ਦਾ ਬੱਚਾ ਜਿਹੜਾ ਐਲੀਜੀਬਲ ਹੈਗਾ ਬਹੁਤ ਖੁਸ਼ੀ ਵਾਲੀ ਗੱਲ ਹੈਗੀ ਅਦਰਵਾਈਜ਼ ਬੜੀ ਪ੍ਰੋਬਲਮ ਆਉਂਦੀ ਹੈ ਮੈਥਸ ਨੂੰ ਲੈ ਕੇ ਬੱਚਿਆਂ ਨੂੰ ਪਲਸ ਟੂ ਸਟੂਡੈਂਟਸ ਨੂੰ ਸੋ ਰੀਅਲੀ ਇਟਸ ਗੋਇੰਗ ਟੂ ਬੀ ਵੈਰੀ ਬੈਨੀਫੀਸ਼ੀਅਲ ਫਾਰ ਅਵਰ ਸਟੂਡੈਂਟਸ ਸੋ ਦੈਟ ਦੇ ਕੈਨ ਅਪਲਾਈ ਵੈਰੀ ਈਜ਼ੀਲੀ ਤੇ ਸਰ ਤੁਸੀਂ ਦੱਸੋ ਕਿ ਐਪਲੀਕੇਸ਼ਨ ਫੀ ਵੇਵਡ ਆਫ ਹੈਗੀ ਹੈ ਜਾਂ ਕੀ ਚੱਲਦੀ ਪਈ ਅੱਜ ਕੱਲ ਹਾਂਜੀ ਐਪਲੀਕੇਸ਼ਨ ਫੀ ਵੇਵਡ ਆਫ ਹੈ $0 ਕੋਈ ਐਪਲੀਕੇਸ਼ਨ ਫੀ ਨਹੀਂ ਹੈ ਬੱਚਾ ਇੱਕ ਬਹੁਤ ਆਸਾਨੀ ਦੇ ਨਾਲ ਰਿਲੈਕਸ ਕਰਕੇ ਘਰੇ ਬੈਠ ਕੇ ਆਰਾਮ ਨਾਲ ਆਪਣੇ ਸਮਾਰਟਫੋਨ ਤੋਂ ਆਪਣੇ ਡਾਕੂਮੈਂਟਸ ਨੂੰ ਸਕੈਨ ਕਰਕੇ ਉਹਦੀ ਫੋਟੋ ਖਿੱਚ ਕੇ ਤੁਹਾਨੂੰ ਭੇਜ ਸਕਦਾ ਤੁਸੀਂ ਉਹਨਾਂ ਨੂੰ ਸਾਡੇ ਪੋਰਟਲ ਦੇ ਉੱਤੇ ਐਡਮਿਸ਼ਨ ਪੋਰਟਲ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਆਨਲਾਈਨ ਅਪਲੋਡ ਕਰਨਾ ਤੇ ਵਿਦਿਨ 2 ਜਾਂ 3 ਦੇ ਵਿੱਚ 3 ਦਿਨ ਦੇ ਵਿੱਚ ਬੱਚੇ ਨੂੰ ਵੱਧ ਤੋਂ ਵੱਧ ਆਫ ਲੈਟਰ ਜਿਹੜੀ ਘਰੇ ਬੈਠੇ ਮਿਲ ਜਾਏਗੀ ਕੋਈ ਐਪਲੀਕੇਸ਼ਨ ਫੀ ਕਰਨ ਦੀ ਲੋੜ ਨਹੀਂ ਹੈ ਕਿੰਨੇ ਇਨਟੇਕਸ ਨੇ ਸਰ ਇਸ ਕਾਲਜ ਵਿੱਚ ਦੇਖੋ ਮੈਕਸਿਮਮ ਪ੍ਰੋਗਰਾਮ ਸਾਡੇ 4 ਇਨਟੇਕ ਨੇ ਸਪਟੈਂਬਰ ਨਵੰਬਰ ਜੈਨ ਤੇ ਮਈ ਤੇ ਹੁਣ ਸਪਟੈਂਬਰ ਚੱਲ ਰਿਹਾ ਅਗਲਾ ਨਵੰਬਰ ਹੈ ਨਾਲ ਦੀ ਨਾਲ ਜੈਨ ਹੈ ਤੇ ਫਿਰ ਇੱਕ ਮਈ ਇਨਟੇਕ ਹੈ ਪਰ ਜਿਹੜੇ ਸਾਡਾ ਨਾਰਥ ਆਈਲੈਂਡ ਕਾਲਜ ਵਾਲਾ ਪ੍ਰੋਗਰਾਮ ਹੈ ਉਹਦੇ ਲਈ ਸਾਡੇ 2 ਇਨਟੇਕ ਨੇ ਉਹ ਹੈਗਾ ਸਪਟੈਂਬਰ ਤੇ ਜੈਨ ਤੇ ਬੈਕਲੌਗਸ ਕਿੰਨੀਆਂ ਅਕਸੈਪਟਡ ਨੇ ਸਰ ਬੈਕਲੌਗਸ ਦੀ ਵੀ ਦਿੱਕਤ ਆਂਦੀ ਕੁਝ ਕਾਲਜਿਸ ਦੇ ਵਿੱਚ ਐਡਮਿਸ਼ਨ ਲਈ ਹਾਂਜੀ ਜਿਸ ਬੱਚੇ ਨੇ ਡਿਗਰੀ ਕਰ ਰੱਖੀ ਹੈ ਉਸ ਦੇ ਬੈਕਲੌਗਸ ਦਾ ਕੋਈ ਇੰਨਾ ਮਸਲਾ ਨਹੀਂ ਹੈ ਬੈਕਲੌਗ 7 ਜਾਂ 8 ਬੈਕਲੌਗਸ ਅਸੀਂ ਅਕਸੈਪਟ ਕਰ ਲੈਂਦੇ ਆ ਇਸ਼ੂ ਪੈਂਦਾ ਹੈ ਜਦੋਂ ਬੱਚੇ ਦੀ ਐਕਸਟੈਂਡਡ ਡਿਗਰੀ ਹੋਵੇ ਅਸੀਂ ਉਹ ਅਕਸੈਪਟ ਨਹੀਂ ਕਰਦੇ ਫਾਰ ਐਗਜ਼ਾਮਪਲ ਜੇ ਬੈਕਲੌਗ 3 ਸਾਲ ਦੀ ਡਿਗਰੀ ਸੀ ਤਾਂ 3 ਸਾਲ ਦੇ ਵਿੱਚ ਹੀ ਪੂਰੀ ਕਰ ਲਈ ਬੈਕਲੌਗ ਪਰ ਜੇ ਉਹਨੂੰ ਐਕਸਟੈਂਡ ਕਰਕੇ ਖਤਮ ਕੀਤਾ ਉਹ ਅਸੀਂ ਅਕਸੈਪਟ ਨਹੀਂ ਕਰਦੇ ਕਿਤੇ ਨਾ ਕਿਤੇ ਅਸੀਂ ਕੁਝ ਬੱਚਿਆਂ ਦੀ ਮੈਨੂੰ ਯਾਦ ਹੈ 2-3 ਬੱਚਿਆਂ ਦਾ ਅਸੀਂ ਸਾਊਥ ਦੇ ਵਿੱਚ ਬੱਚੇ ਸੀਗੇ ਉਹਨਾਂ ਦੀ ਐਕਸੈਪਸ਼ਨਲ ਕੇਸ ਤੇ ਅਸੀਂ ਬੈਕਲੌਗ ਐਕਸਟੈਂਡ ਹੋਈਆਂ ਸੀ ਅਸੀਂ ਅਕਸੈਪਟ ਕੀਤਾ ਬਿਕੋਜ਼ ਬੱਚੇ ਦੀ 75% ਨੰਬਰ ਸੀ ਤੇ ਮੈਡੀਕਲ ਪ੍ਰੋਬਲਮ ਸੀ ਤੇ ਉਹ ਇੱਕ ਪ੍ਰੂਫ ਸੀਗਾ ਉਹਦੇ ਕੋਲ ਇੱਕ ਵਧੀਆ ਔਰ ਇੱਕ ਰੀਜ਼ਨ ਸੀਗਾ ਪਰ ਓਵਰਆਲ 75% ਮਾਰਕਸ ਸੀਗੇ ਉਹਨੂੰ ਤੇ ਅਸੀਂ ਅਕਸੈਪਟ ਕਰ ਲਿਆ ਅਦਰਵਾਈਜ਼ ਐਕਸੈਪਸ਼ਨਲ ਬੇਸ ਤੇ ਅਸੀਂ ਦੇਖ ਸਕਦੇ ਹਾਂ ਗੈਪ ਕਿੰਨਾ ਅਕਸੈਪਟਡ ਹੋਏਗਾ ਲਵਰਾਜ ਇੱਥੇ ਇਸ ਕਾਲਜ ਚ ਅਸੀਂ ਹਾਂਜੀ 5 ਸਾਲ ਦਾ ਗੈਪ ਅਕਸੈਪਟ ਕਰ ਲੈਂਦੇ ਆ ਤੇ ਉਹਦੇ ਵਿੱਚ ਜੇ ਬੱਚੇ ਨੇ ਕੰਮ ਕੀਤਾ ਬਹੁਤ ਵਧੀਆ ਗੱਲ ਹੈ ਬੱਚਾ ਸ਼ੋਅ ਕਰ ਸਕਦਾ SOP ਦੇ ਅੰਦਰ ਮੇਰੇ ਕੰਮ ਜੋ ਕੀਤਾ ਹੈ ਉਹ ਕਿਵੇਂ ਮੈਨੂੰ ਹੈਲਪ ਕਰੇਗਾ ਅੱਗੇ ਪੜ੍ਹਾਈ ਦੇ ਵਿੱਚ ਜੇ ਕੰਮ ਨਹੀਂ ਕੀਤਾ ਤਾਂ ਉਹ ਕਿਉਂ ਨਹੀਂ ਕੀਤਾ ਤੇ ਕਿਸ ਤਰ੍ਹਾਂ ਉਸਨੇ ਆਪਣਾ ਜਿਹੜਾ ਹੈਗਾ ਉਹ 5 ਸਾਲ ਨੂੰ 2 ਸਾਲ ਨੂੰ 4 ਸਾਲ ਨੂੰ ਜੋ ਵੀ ਉਹਦੇ ਸਟੱਡੀ ਗੈਪ ਹੋਏਗਾ ਉਹਨੂੰ ਕਿਵੇਂ ਯੂਟੀਲਾਈਜ਼ ਕੀਤਾ ਉਹ ਬੱਚਾ ਜਿਹੜਾ ਹੈ ਜਸਟੀਫਾਈ ਕਰਕੇ SOP ਦੇ ਵਿੱਚ ਇੱਕ ਵਧੀਆ ਸਟੋਰੀ ਨੂੰ ਆਰਟੀਕੂਲੇਟ ਕਰਕੇ ਸ਼ੋਅ ਕਰ ਸਕਦਾ ਅਦਰਵਾਈਜ਼ 5 ਸਾਲ ਦਾ ਗੈਪ ਜਿਵੇਂ ਕਿ 12th ਗ੍ਰੇਡ ਸਟੂਡੈਂਟ ਹੈਗਾ ਅਗਰ ਉਸਨੇ 1 ਜਾਂ 2 ਸਾਲ ਦਾ ਡਿਪਲੋਮਾ ਕੀਤਾ ਕਿਸੇ ਹਸਪਿਟੈਲਿਟੀ ਵਿੱਚ ਜਾਂ ਸਮਝ ਲਓ ਕਿ 3 ਸਾਲ ਦਾ ਜਿਹੜਾ ਵਾ ਐਕਸਪੀਰੀਅੰਸ ਹੈਗਾ ਆਫਟਰ ਪਲੱਸ 2 ਐਕਸਪੀਰੀਅੰਸ ਹੈਗਾ ਕਿ ਉਹ ਅਕਸੈਪਟਡ ਹੋਏਗਾ ਬਿਲਕੁਲ ਜੀ ਅੱਜ ਹੀ ਸਾਡੀ ਇੱਕ ਐਪਲੀਕੇਸ਼ਨ ਆਈ ਹੈ ਸਵੇਰੇ ਬੱਚੇ ਨੇ ਨਰਸਿੰਗ ਕੀਤੀ ਹੋਈ ਸੀ ਰਾਈਟ ਤੇ ਨਰਸਿੰਗ ਤੋਂ ਬਾਅਦ 2 ਸਾਲ ਦਾ ਬੱਚੇ ਦਾ ਜਿਹੜਾ ਹੈਗਾ ਲੜਕੀ ਦਾ ਆਈ ਥਿੰਕ ਪੰਜਾਬ ਤੋਂ ਹੀ ਮੇਰੀ ਸੰਗਰੂਰ ਜਾਂ ਕਿਸੇ ਹੋਰ ਸਾਈਟ ਦੀ ਬੱਚੇ ਸੀ ਸਵੇਰੇ ਸਵੇਰੇ ਐਪਲੀਕੇਸ਼ਨ ਤੇ ਮੇਰੀ ਬੱਚੇ ਨਾਲ ਆਪ ਗੱਲ ਹੋਈ ਹੈ ਤੇ ਉਹਨੇ ਨਰਸਿੰਗ ਕਰਨ ਤੋਂ ਬਾਅਦ 2 ਸਾਲ ਦਾ
ਨਰਸ ਸਿੰਘ ਹੁਣ ਆਪਣੇ ਘਰ ਦੇ ਕਹਿਣ ਤੇ ਕੀਤੀ ਸੀ, ਬੱਚੇ ਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕੀਤਾ ਐਜ਼ ਅ ਮੈਨੇਜਰ ਇੱਕ ਨਰਸਿੰਗ ਹੋਮ ਦਾ, ਲੋਕਲ ਨਰਸਿੰਗ ਹੋਮ ਦੇ। ਤਾਂ ਉਹ ਬਿਜ਼ਨਸ ਕਰਨਾ ਚਾਹੁੰਦੀ ਹੈ, ਆਪਣੇ ਆਪ ਨੂੰ ਨਰਸਿੰਗ ਕਰਦੇ ਹੋਏ ਫਰਦਰ ਨਹੀਂ ਦੇਖਣਾ ਚਾਹੁੰਦੀ, ਉਹ ਮੈਡੀਕਲ ਲਾਈਨ ਦੇ ਵਿੱਚ ਐਡਮਿਨਿਸਟ੍ਰੇਸ਼ਨ ਸਾਈਡ ਤੇ ਜਾਣਾ ਚਾਹੁੰਦੀ ਹੈ। ਤਾਂ ਉਸਨੇ ਅਪਲਾਈ ਕੀਤਾ ਹੈ ਐਡਵਾਂਸ ਡਿਪਲੋਮਾ ਇਨ ਬਿਜ਼ਨਸ ਵਿਦ ਕੋਅਪ ਦੇ ਲਈ, ਤੇ ਬੱਚਾ ਸਾਡੇ ਕੋਲ ਕੋਅਪ ਕਰਨ ਲਈ ਆਏਗਾ, ਬਿਜ਼ਨਸ ਕਰਨ ਲਈ ਆਏਗਾ। ਉਹਦੇ ਸਟੂਡੈਂਟ ਕੋਈ ਵੀ ਆਊਟ ਆਫ ਟਰੈਕ ਜਾ ਕੇ ਅਗਰ ਸਬਜੈਕਟ ਚੇਂਜ ਕਰਦਾ ਵਾ, ਕੋਈ ਵੱਡੀ ਗੱਲ ਨਹੀਂ, ਉਹ ਤੇ ਐਸਓਪੀ ਦੇ ਵਿੱਚ ਮੈਂਸ਼ਨ ਹੋ ਕੇ ਵੀਜ਼ਾ ਲੈ ਸਕਦੇ ਹੋ, ਕੋਈ ਵੱਡਾ ਇਸ਼ੂ ਨਹੀਂ ਹੈ, ਬਿਲਕੁਲ ਉਹ ਤੇ ਹੋ ਸਕਦਾ ਹੈ, ਬਿਲਕੁਲ ਬਿਲਕੁਲ। ਅੱਛਾ, ਬਹੁਤ ਸਾਰੇ ਕਾਲਜਿਸ ਨੇ ਜਿਵੇਂ ਕਿ ਕੈਨੇਡਾ ਦੇ ਵਿੱਚ, ਤੇ ਬੱਚਾ ਕੋਟਕੋਰ ਕਾਲਜ ਹੀ ਕਿਉਂ ਲਵੇ, ਐਸੀ ਕਿਹੜੀ ਖਾਸੀਅਤ ਹੈਗੀ ਇਸ ਕਾਲਜ ਦੀ ਜਿਹੜਾ ਕਿ ਅਸੀਂ ਉੱਥੇ ਐਡਮਿਸ਼ਨ ਕਰਵਾਈ ਆਪਣੇ ਸਟੂਡੈਂਟਸ ਲਈ? ਦੇਖੋ ਜੀ, ਉਹ ਦੱਸਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੂੰਗਾ ਕਿ ਕੋਈ ਕਾਲਜ ਮਾੜਾ ਨਹੀਂ ਹੁੰਦਾ ਤੇ ਕੋਈ ਬੱਚੇ ਦੀ ਪ੍ਰੋਫਾਈਲ ਮਾੜੀ ਨਹੀਂ ਹੁੰਦੀ। ਹਰ ਕਾਲਜ ਵਧੀਆ ਆਪਣੇ ਤਰੀਕੇ ਨਾਲ ਤੇ ਹਰ ਬੱਚੇ ਦੀ ਪ੍ਰੋਫਾਈਲ ਵੀ ਵਧੀਆ ਆਪਣੇ ਤਰੀਕੇ ਦੇ ਨਾਲ। ਜਿਹੜੀ ਸਹੀ ਜਿਹੜੀ ਚੀਜ਼ ਦੇਖਣੀ ਜ਼ਰੂਰੀ ਹੈ ਇੱਕ ਕਾਲਜ ਦੇ ਬੱਚੇ ਨੂੰ, ਇਹ ਹੈ ਕਿ ਇੱਕ ਬੱਚੇ ਦੀ ਫਿਊਚਰ ਦੇ ਵਿੱਚ ਐਜ਼ ਅ ਕਾਲਜ, ਐਜ਼ ਪ੍ਰੋਗਰਾਮ ਸਾਡੇ ਕੋਲ ਜਿਹੜੇ ਹੈਗੇ ਆ, ਅਸੀਂ ਬੱਚਿਆਂ ਦੇ ਫਿਊਚਰ ਦੇ ਵਿੱਚ ਕਿਵੇਂ ਵੈਲਿਊ ਐਡ ਕਰਦੇ ਹਾਂ, ਤੇ ਉਵੇਂ ਅਸੀਂ ਇਹ ਵੀ ਦੇਖਦੇ ਹਾਂ ਕਿ ਇੱਕ ਬੱਚੇ ਦੀ ਪ੍ਰੋਫਾਈਲ ਸਾਡੇ ਕਾਲਜ ਵਿੱਚ ਕਿਵੇਂ ਵੈਲਿਊ ਐਡ ਕਰੇਗੀ, ਬਿਕਾਜ਼ ਸਾਡੀ ਰੈਪੂਟੇਸ਼ਨ ਸਾਡੇ ਗ੍ਰੈਜੂਏਟ ਤੇ ਸਾਡੇ ਬੱਚਿਆਂ ਤੇ। ਹੁਣ ਗੱਲ ਕਰਦੇ ਹਾਂ ਕਿ ਸਾਡਾ ਡਿਫਰੈਂਸ ਕੀ ਹੈ, ਉਹ ਕਿਹੜੇ ਦੋ ਚਾਰ ਡਿਫਰੈਂਟ ਪੁਆਇੰਟਸ ਨੇ ਜਿਹੜੇ ਕੋਟਕੋਰ ਅਸੀਂ ਜੋ ਅਸੀਂ ਬੱਚਿਆਂ ਨੂੰ ਸਰਵਿਸਿਸ ਪ੍ਰੋਵਾਈਡ ਕਰ ਰਹੇ ਹਾਂ ਜਾਂ ਅਸੀਂ ਮੇਕ ਸ਼ੋਰ ਕਰਦੇ ਹਾਂ। ਪਹਿਲੀ ਚੀਜ਼ ਤਾਂ ਅਸੀਂ ਕਰੀਅਰ ਕਾਲਜ ਹਾਂ, ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਗੱਲ ਕਰਦੇ ਹਾਂ, ਬੱਚਿਆਂ ਦਾ ਫਿਊਚਰ ਜਿਹੜਾ ਸਿਕਿਓਰ ਹੋਵੇ, ਜਿਹਦੇ ਕਰਕੇ ਤੁਹਾਨੂੰ ਕੁਝ ਫੈਕਟਸ ਦੱਸ ਸਕਦਾ। ਸਾਡਾ 96% ਪਲੇਸਮੈਂਟ ਰੇਟ ਹੈ, ਉਹਦੇ ਵਿੱਚ ਇੱਕ ਬਹੁਤ ਵੱਡਾ ਰੀਜ਼ਨ ਸਾਡਾ ਹੈ 250+ ਜਿਹੜੇ ਕੰਪਨੀ ਪਾਰਟਨਰ ਸਾਡੇ ਨੇ, ਹਾਇਰਿੰਗ ਪਾਰਟਨਰ, ਜਿੱਥੇ ਸਾਡੇ ਬੱਚੇ ਗ੍ਰੈਜੂਏਟ ਸਾਡੇ ਹੁਣ ਇੱਕਦਮ ਕੰਮ ਕਰ ਰਹੇ ਨੇ, ਜੋਬਸ ਕਰ ਰਹੇ ਨੇ, ਤੇ ਔਨ ਐਨ ਐਵਰੇਜ $45,000-$50,000 ਦਾ ਪੈਕੇਜ ਵੀ ਲੈ ਰਹੇ ਨੇ। ਇੱਕ ਬਹੁਤ ਵੱਡਾ ਰੋਲ ਪਲੇ ਕਰਦੇ ਆ, ਸਾਡਾ ਇੱਕ ਬਹੁਤ ਵੱਡਾ ਨੈਟਵਰਕਿੰਗ ਜਿਹੜਾ ਸਾਡਾ ਇੱਕ ਬਣ ਚੁੱਕੀ ਹੈ ਇਹਨਾਂ ਕੰਪਨੀ ਦੇ ਨਾਲ, ਉਹ ਬੱਚਿਆਂ ਨੂੰ ਕਨੈਕਟ ਕਰਦੀ ਹੈ ਇਨ ਲੌਂਗ ਰਨ, ਸੋ ਦੈਟ ਉਹਨਾਂ ਦੀ ਜੋਬਸ ਅੱਗੇ। ਲੇਕਿਨ ਦੂਜਾ, ਅਸੀਂ ਜਿਹੜੇ ਆਪਣੇ ਪ੍ਰੋਗਰਾਮ ਵੀ ਡਿਜ਼ਾਈਨ ਕੀਤੇ ਹੋਏ ਨੇ, ਉਹ ਬੱਚਿਆਂ ਨੂੰ ਜੋਬ ਰੈਡੀ ਕਰਨ ਲਈ ਕੀਤੇ ਹੋਏ ਨੇ, ਅਗੇਨ ਥੈਂਕਸ ਟੂ ਸਾਡੇ ਜਿਹੜੀ ਹੈ ਕੰਪਨੀ ਪਾਰਟਨਰਸ ਨੇ, ਬਿਕਾਜ਼ ਇਹ ਸਾਨੂੰ ਇਨਪੁਟ ਦਿੰਦੇ ਨੇ ਕਿ ਅਗਲੇ 2 ਸਾਲ, 4 ਸਾਲ, 5 ਸਾਲ ਕਿਸ ਤਰ੍ਹਾਂ ਦਾ ਪ੍ਰੋਜੈਕਟ ਇਹ ਕੰਪਨੀ ਕਰ ਰਹੀ ਹੋਏਗੀ, ਤੇ ਅੱਜ ਅਸੀਂ ਆਪਣੇ ਬੱਚੇ ਨੂੰ ਕੀ ਪੜ੍ਹਾਈਏ ਤਾਂ ਜੋ ਅੱਗੇ ਚੱਲ ਕੇ ਉਹਨਾਂ ਨੂੰ ਟ੍ਰੇਨਿੰਗ ਦੀ ਲੋੜ ਨਾ ਪਵੇ ਐਕਸਟਰਾ, ਉਹ ਜੋਬ ਕੇ ਜੋਬ ਲੈ ਸਕਣ। ਇਸ ਕਰਕੇ ਸਾਡਾ 96% ਪਲੇਸਮੈਂਟ ਰੇਟ ਹੈ। ਅਦਰ ਦੈਨ ਦਿਸ, ਸਾਡੇ ਕੋਲ ਕੋਅਪ ਅਪਰਚੁਨਿਟੀਜ਼ ਤੇ ਯੂਨੀਵਰਸਿਟੀ ਟ੍ਰਾਂਸਫਰ ਅਪਰਚੁਨਿਟੀਜ਼ ਜਿਹੜੀਆਂ ਨੇ ਉਹ ਬਹੁਤ ਵਧੀਆ ਨੇ। ਯੂਨੀਵਰਸਿਟੀ ਟ੍ਰਾਂਸਫਰ ਬਾਰੇ ਮੈਂ ਬਾਅਦ ਵਿੱਚ ਗੱਲ ਕਰਦਾ, ਪਹਿਲਾਂ ਕੋਅਪ ਬਾਰੇ ਦੱਸਦਾ। ਕਿਸੇ ਵੀ ਕੈਨੇਡਾ ਦੇ ਨਾਟ ਜਸਟ ਕੋਟਕੋਰ, ਕੋਟਕੋਰ ਦਾ ਇੱਕ ਬੈਨੀਫਿਟ ਕੀ ਹੈ ਬਾਅਦ ਦੱਸੂਗਾ, ਪਰ ਇੱਕ ਜਨਰਲ ਜੇ ਇੱਕ ਬੱਚੇ ਨੂੰ ਕੋਅਪ ਪ੍ਰੋਗਰਾਮ ਮਿਲ ਰਿਹਾ, ਪੇਡ ਕੋਅਪ, ਗਰੰਟੀਡ ਪੇਡ ਕੋਅਪ ਬਾਏ ਅ ਕਾਲਜ, ਜਿੱਥੇ ਵੀ ਅਪਲਾਈ ਕਰੇ, ਉਹ ਬੱਚੇ ਨੂੰ ਜ਼ਰੂਰ ਲੈਣਾ ਚਾਹੀਦਾ ਹੈ ਜੇ ਉਹ ਇੱਕ ਫੋਰਨ ਕੰਟਰੀ ਤੋਂ, ਜਿਵੇਂ ਇੰਡੀਆ ਤੋਂ ਅਪਲਾਈ ਕਰ ਰਿਹਾ ਇੰਟਰਨੈਸ਼ਨਲ ਸਟੂਡੈਂਟ ਦੀ ਤਰ੍ਹਾਂ। ਬਿਕਾਜ਼ ਕੋਅਪ ਪ੍ਰੋਗਰਾਮ ਨਾ ਜਸਟ ਕਿ ਬੱਚੇ ਨੂੰ ਫੁੱਲ ਟਾਈਮ ਐਕਸਪੀਰੀਅੰਸ ਲੈਣ ਦਾ ਮੌਕਾ ਦੇ ਰਿਹਾ ਪੜ੍ਹਾਈ ਦੇ ਦੌਰਾਨ, ਨਾ ਜਸਟ ਕਿ ਉਹ ਡਾਲਰਸ ਕਮਾਉਣ ਦਾ ਮੌਕਾ ਦੇ ਰਿਹਾ, ਪਰ ਅੱਗੇ ਚੱਲ ਕੇ ਜੋ ਬੱਚਾ ਇੰਡੀਅਨ ਬੱਚਾ ਜ਼ਿਆਦਾਤਰ ਪੁੱਛਦਾ ਹੈ ਕਿ ਮੇਰੇ ਸੈਟਲਮੈਂਟ ਆਪਸ਼ਨ ਕੀ ਨੇ, ਪੀਆਰ ਆਪਸ਼ਨ ਕੀ ਨੇ, ਬੱਚਾ ਕੋਅਪ ਦੇ ਪੁਆਇੰਟ ਕਲੇਮ ਕਰ ਸਕਦਾ ਹੈ ਆਪਣੇ ਪੀਆਰ ਦੇ ਪਹਿਲੇ ਸਟੈਪ ਦੇ ਵਿੱਚ, ਜਿਹਨੂੰ ਪੀਐਨਪੀ ਕਹਿੰਦੇ, ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ। ਇਹ ਬਹੁਤ ਘੱਟ ਬੱਚੇ ਨੂੰ ਪਤਾ ਹੁੰਦਾ। ਸੋ ਸੇਮ ਗੋਜ਼ ਵਿਦ ਕੋਟਕੋਰ, ਸਾਡੇ ਸਾਰੇ ਪ੍ਰੋਗਰਾਮ ਦੇ ਵਿੱਚ ਕੋਅਪ ਦੀ ਆਪਸ਼ਨ ਹੈ। 2 ਸਾਲ ਦੇ ਪ੍ਰੋਗਰਾਮ ਦੇ ਵਿੱਚ ਹਰ ਸਾਲ 600 ਘੰਟੇ ਦੀ ਕੋਅਪ ਮਿਲਦੀ ਹੈ, ਤੇ 1 ਸਾਲ ਦੇ ਪ੍ਰੋਗਰਾਮ ਵਿੱਚ 960 ਘੰਟੇ ਦੀ ਕੋਅਪ ਮਿਲਦੀ ਹੈ, ਜਿਹਦੇ ਪੁਆਇੰਟਸ ਬੱਚਾ ਆਰਾਮ ਨਾਲ ਆਪਣਾ ਕਲੇਮ ਕਰ ਸਕਦਾ ਹੈ ਆਪਣੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਵਿੱਚ, ਜਲਦੀ ਪੁਆਇੰਟਸ ਕਲੇਮ ਕਰਕੇ ਜਲਦੀ ਪੀਆਰ ਵੀ ਲੈ ਸਕਦਾ। ਪਲੱਸ ਐਟ ਦ ਸੇਮ ਟਾਈਮ ਉਹ ਇੰਪਲੋਇਰ ਜਿਹੜਾ ਪਹਿਲਾਂ ਕਹਿੰਦਾ ਸੀ ਕਿ ਇੰਟਰਨੈਸ਼ਨਲ ਬੱਚੇ ਨੂੰ ਜੋਬ ਮੈਂ ਕਿਉਂ ਦਵਾਂ, ਜਦਕਿ ਬੱਚੇ ਕੋਲ ਐਕਸਪੀਰੀਅੰਸ ਹੀ ਨਹੀਂ ਹੈ ਇੱਕ ਇੰਟਰਨੈਸ਼ਨਲ, ਉਹ ਜਿਹੜਾ ਨੈਗੇਟਿਵ ਹੈ ਉਹ ਹਟ ਜਾਂਦਾ, ਤੇ ਇੰਪਲੋਇਰ ਨੂੰ ਪਤਾ ਕਿ ਉਹਨੇ ਹੁਣ ਕੰਮ ਕਰ ਲਿਆ ਫੁੱਲ ਟਾਈਮ ਪੜ੍ਹਾਈ ਦੇ ਦੌਰਾਨ, ਉਹ ਬੱਚੇ ਨੂੰ ਇੱਕ ਫੁੱਲ ਟਾਈਮ ਪਲੇਸਮੈਂਟ ਵੀ ਮਿਲ ਜਾਂਦੀ ਹੈ। ਸੋ ਕੋਅਪ ਪ੍ਰੋਗਰਾਮ ਸਾਡੀ ਬਹੁਤ ਵੱਡੀ ਸਟਰੈਂਥ ਹੈ, ਬਿਕਾਜ਼ ਸਾਡੇ ਕੋਲ ਐਮਾਜ਼ੋਨ, ਮਾਡਰਨ ਐਡਵਾਈਜ਼ਰ, SAP, ਅਨਬਾਉਂਸ, ਬਿਨਾਟੈਕ, ਟੌਪ ਕੰਪਨੀ ਤੋਂ ਲੈ ਕੇ ਲੋਕਲ ਕੰਪਨੀ ਸਾਡੇ ਕੋਲ 250 ਤੋਂ ਵੀ ਜ਼ਿਆਦਾ ਨੇ, ਤੇ ਕੋਅਪ ਸਾਡੀ ਬਹੁਤ ਵਧੀਆ ਇੱਕ ਸਟਰੈਂਥ ਹੈ ਜਿਹੜਾ ਬੱਚਾ ਇੰਟਰਨੈਸ਼ਨਲ ਬੱਚਾ ਜਿਹੜਾ ਬੈਨੀਫਿਟ ਉਠਾ ਸਕਦਾ। ਸੋ ਕੋਅਪ ਇਜ਼ ਵਨ ਆਫ ਦ ਬਿਗੇਸਟ ਸਟਰੈਂਥ ਦੈਟ ਕੋਟਕੋਰ ਹੈਜ਼। ਤੇ ਵਰਕ ਪਰਮਿਟ ਇੱਥੇ ਸਟੂਡੈਂਟਸ ਨੂੰ ਮਿਲੂਗਾ, ਔਰ ਕਿਹੜੇ ਕਿਹੜੇ ਪ੍ਰੋਗਰਾਮ ਤੇ ਮਿਲੂਗਾ, ਜਾਂ ਫਰਦਰ ਟ੍ਰਾਂਸਫਰ ਪ੍ਰੋਗਰਾਮ ਦੇ ਵਿੱਚ ਜਾ ਕੇ ਹੋਗਾ, ਉਹ ਚੀਜ਼ਾਂ ਥੋੜਾ ਬਰੀਫਲੀ ਐਕਸਪਲੇਨ ਕਰ ਦਿਓ ਇੱਥੇ ਤੁਸੀਂ। ਜੀ, ਜੋ ਮੈਂ ਇਸ ਕੋਅਪ ਤੋਂ ਪਹਿਲਾਂ ਇੱਕ ਵਰਡ ਬੋਲਿਆ ਸੀ, ਯੂਨੀਵਰਸਿਟੀ ਟ੍ਰਾਂਸਫਰ ਸਾਡੇ ਬਹੁਤ ਵਧੀਆ ਨੇ। ਸਾਡਾ ਜਿਹੜਾ ਵਰਕ ਪਰਮਿਟ ਆਉਂਦਾ ਹੈ ਉਹ ਉਹਨਾਂ ਹੀ ਕੰਬੀਨੇਸ਼ਨ ਕਰਕੇ ਵੀ ਆਉਂਦਾ ਹੈ, ਤੇ ਸਾਡੇ ਸਾਰੇ ਪ੍ਰੋਗਰਾਮਸ ਦੇ ਵਿੱਚ ਯੂਨੀਵਰਸਿਟੀ ਟ੍ਰਾਂਸਫਰ ਨੇ। ਮੈਂ ਇੱਕ ਚੀਜ਼ ਬੱਚੇ ਨੂੰ ਪਹਿਲਾਂ ਦੱਸਦਾ, ਪਾਥਵੇ ਟੂ ਯੂਨੀਵਰਸਿਟੀ ਟ੍ਰਾਂਸਫਰ ਦੋਨੇ ਡਿਫਰੈਂਟ ਚੀਜ਼ਾਂ ਨੇ। ਪਾਥਵੇ ਯੂਜਲੀ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਜੇ ਤੁਸੀਂ ਯੂਨੀਵਰਸਿਟੀ ਅਪਲਾਈ ਕਰ ਰਹੇ ਹੋ ਪਰ ਤੁਹਾਡੇ ਕੁਝ ਸਬਜੈਕਟ ਦੇ ਵਿੱਚ ਸਕੋਰ ਘੱਟ ਸੀਗੇ, ਤਾਂ ਤੁਹਾਨੂੰ ਯੂਨੀਵਰਸਿਟੀ ਨੇ ਕਿਹਾ ਸਾਡੇ ਆਹ ਵਾਲੇ ਕਾਲਜ ਜਾ ਕੇ ਪਹਿਲਾਂ ਆਹ ਸਬਜੈਕਟ ਕਰਕੇ ਆਓ, ਉਹ ਪਾਥ ਫੋਲੋ ਕਰਕੇ ਆਓ। ਪਾਥਵੇ ਸਾਡੇ ਪਾਥਵੇਜ਼ ਨਹੀਂ ਹੈ, ਸਾਡੇ ਯੂਨੀਵਰਸਿਟੀ ਟ੍ਰਾਂਸ
ਪਰ ਸਾਡਾ ਪ੍ਰੋਗਰਾਮ ਸ਼ੁਰੂ ਕਰਕੇ ਤੁਸੀਂ ਜਿਹੜਾ ਪ੍ਰੋਗਰਾਮ ਖਤਮ ਕਰੋਗੇ ਉਹ ਯੂਨੀਵਰਸਿਟੀ ਵਿੱਚ ਖਤਮ ਕਰੋਗੇ, ਤੁਸੀਂ ਇੱਕ ਯੂਨੀਵਰਸਿਟੀ ਗ੍ਰੈਜੂਏਟ ਬਣ ਸਕਦੇ ਹੋ ਤੇ ਉਹਦੇ ਵਿੱਚ ਜਾ ਕੇ ਤੁਹਾਡੇ ਜਿਹੜੇ ਈਵਨ ਇਵੈਂਚੁਅਲੀ ਪੀ ਆਰ ਦੇ ਪੁਆਇੰਟ ਉਹ ਵੀ ਵਧਣਗੇ ਬਿਕਾਜ਼ ਯੂਨੀਵਰਸਿਟੀ ਦੀ ਪੜ੍ਹਾਈ ਹੈ ਐਸੋਸੀਏਟ ਡਿਗਰੀ ਬੈਚਲਰ ਡਿਗਰੀ 3 ਸਾਲ ਡਿਪਲੋਮੇ ਉਹ ਇੱਕ ਬੇਸਿਕ ਕਰੀਅਰ ਕਾਲਜ ਦੇ ਡਿਪਲੋਮੇ ਨਾਲੋਂ ਜ਼ਿਆਦਾ ਮਿਲਦੇ ਨੇ ਤੇ 3 ਸਾਲਾ ਪਰਮਿਟ ਜਿਹੜਾ ਮਿਲਦਾ ਮਿਲ ਹੀ ਜਾਣਾ ਪਰ ਇਵੈਂਚੁਅਲੀ ਗੱਲ ਹੈ ਜਿਹੜੇ ਬੈਨੀਫਿਟਸ ਮਿਲ ਰਹੇ ਨੇ। ਹੁਣ ਇੱਕ ਬੱਚਾ ਮੈਂ ਐਗਜ਼ਾਮਪਲ ਦੇਣਾ ਚਾਹੂੰਗਾ ਇੱਥੇ, ਇੱਕ ਬੱਚਾ ਜਿਹੜਾ ਇੰਡੀਆ 'ਚ ਟਿਪੀਕਲ ਕਈ ਵਾਰੀ ਪੰਜਾਬ ਦੇ ਵਿੱਚ ਸਪੈਸ਼ਲੀ ਆ ਕੇ ਕਹਿੰਦਾ ਕਿ ਮੈਨੂੰ 2 ਸਾਲ ਦਾ ਪ੍ਰੋਗਰਾਮ ਚਾਹੀਦਾ, ਮੈਨੂੰ 3 ਸਾਲ ਦਾ ਪਰਮਿਟ ਮਿਲ ਜਾਏਗਾ ਤੇ ਉਹ ਤੋਂ ਬਾਅਦ ਦੀ ਕੀ ਸਟੋਰੀ ਹੈ ਉਹ ਬੱਚੇ ਨੂੰ ਨਹੀਂ ਪਤਾ, ਨਾ ਉਹ ਸੁਣਨਾ ਚਾਹੁੰਦਾ ਕਿ ਕਿੱਦਾਂ ਪੁਆਇੰਟ ਬਣਨੇ ਆ ਕਿੱਦਾਂ ਪੀਏ, ਤਾਂ ਇਹ ਬੱਚਾ ਜਾ ਕੇ ਉੱਥੇ ਔਖਾ ਹੁੰਦਾ। ਇੱਥੇ ਸਾਡੇ ਯੂਨੀਵਰਸਿਟੀ ਟ੍ਰਾਂਸਫਰ ਬਹੁਤ ਵੱਡਾ ਰੋਲ ਪਲੇ ਕਰਦੇ ਆ। ਇੱਕ ਜਿਵੇਂ ਪ੍ਰੋਗਰਾਮ ਹੈ ਸਾਡਾ 1+1, ਸਾਡਾ 2 ਸਾਲ ਦਾ ਐਡਵਾਂਸ ਡਿਪਲੋਮਾ ਇਨ ਬਿਜ਼ਨਸ ਲੈ ਕੇ ਕੋਅਪ ਦੇ ਨਾਲ ਬੱਚਾ ਸਾਡੇ ਕੋਲ ਆ ਸਕਦਾ, ਜਿਹਦੇ ਤੋਂ ਪਹਿਲੇ ਅਕੈਡਮਿਕ ਈਅਰ ਜਿਹੜੀ 8ਵੀਂ ਦੀ ਪੜ੍ਹਾਈ ਹੁੰਦੀ ਹੈ ਸਾਡੇ ਕੋਲ ਕਰਨ ਤੋਂ ਬਾਅਦ 600 hours ਕੰਮ ਕਰੇਗਾ ਫੁੱਲ ਟਾਈਮ, ਇੱਕ ਆਪਣੇ ਸਟੀਲ ਦੇ ਕੰਪਨੀ ਦੇ ਨਾਲ ਡਾਲਰ ਕਮਾਏਗਾ, ਪੁਆਇੰਟਸ ਆਪਣੇ ਇਕੱਠੇ ਕਰਕੇ ਰੱਖ ਲਏਗਾ ਫੋਰ PMP ਆਲਸੋ। ਉਹ ਤੋਂ ਬਾਅਦ ਉਹ ਯੂਨੀਵਰਸਿਟੀ ਕੈਨੇਡਾ ਵੈਸਟ ਫਾਰ ਐਗਜ਼ਾਮਪਲ ਸਾਡੇ ਇੱਕ ਪਾਰਟਨਰ ਯੂਨੀਵਰਸਿਟੀ ਹੈ, ਉਹਦੇ ਜਾ ਕੇ ਅੱਗੇ ਫਰਦਰ 1 ਸਾਲ ਐਸੋਸੀਏਟ ਡਿਗਰੀ ਕਰ ਸਕਦਾ। ਉਹਨੂੰ 2 ਸਾਲ ਦਾ ਪ੍ਰੋਗਰਾਮ ਚਾਹੀਦਾ ਸੀ, 2 ਸਾਲ ਦਾ ਹੀ ਰਿਹਾ ਬਿਕਾਜ਼ ਉਹਨੇ ਪਹਿਲਾ ਸਾਲ ਸਾਡੇ ਕੋਲ ਕਰ ਲਿਆ, ਦੂਜਾ ਸਾਲ ਯੂਨੀਵਰਸਿਟੀ ਕੈਨੇਡਾ ਵੈਸਟ, ਬਟ ਵਿੱਚ ਉਹਦੇ ਕੋਲ ਇੱਕ ਫੁੱਲ ਟਾਈਮ 600 ਘੰਟੇ ਦਾ ਐਕਸਪੀਰੀਅੰਸ ਵੀ ਆ ਗਿਆ, ਉਹਨੇ ਪੁਆਇੰਟਸ ਵੀ ਇਕੱਠੇ ਕਰ ਲਏ, ਯੂਨੀਵਰਸਿਟੀ ਦੀ ਫੀਸ ਵੀ ਕੱਢ ਲਈ ਤੇ 2 ਸਾਲ ਬਾਅਦ ਉਹ 3 ਸਾਲ ਪਰਮਿਟ ਮਿਲ ਜਾਣਾ, ਪਰ ਉਹਦੇ ਪੁਆਇੰਟ ਸਟੱਡੀ ਦੇ ਵੱਧ ਗਏ ਬਿਕਾਜ਼ ਉਹਦੀ ਡਿਪਲੋਮਾ ਕਰਨ ਆਏ ਸੀ ਲੈ ਕੇ ਐਸੋਸੀਏਟ ਡਿਗਰੀ ਗਿਆ। ਸੋ ਇਸ ਤਰ੍ਹਾਂ ਦੇ ਜਿਹੜੇ ਪਲੇਟਫਾਰਮ ਯੂਨੀਵਰਸਿਟੀ ਟ੍ਰਾਂਸਫਰ ਦੇ ਨੇ ਉਹ ਬੱਚਿਆਂ ਦੀ ਬਹੁਤ ਹੈਲਪ ਕਰਦੇ ਨੇ ਇਨ ਸੈਟਲਿੰਗ ਡਾਊਨ ਇਵੈਂਚੁਅਲੀ ਲੌਂਗ ਰਨ ਦੇ ਵਿੱਚ ਵੀ ਤੇ ਯੂਨੀਵਰਸਿਟੀ ਗ੍ਰੈਜੂਏਟ ਬਣਨ ਦੇ ਵਿੱਚ। ਉਵੇਂ ਸਾਡੇ ਕੋਲ 2+2 ਵੀ ਹੈ ਬੈਚਲਰ ਡਿਗਰੀ ਦੇ ਲਈ ਤੇ 1+2 ਵੀ ਹੈ ਇੱਕ ਸਪੈਸ਼ਲਾਈਜ਼ਡ ਡਿਪਲੋਮਾ ਦੇ ਲਈ। ਸਰ ਤੁਸੀਂ ਦੱਸ ਸਕਦੇ ਹੋ ਮੈਨੂੰ ਕਿਹੜੇ ਕਿਹੜੇ ਯੂਨੀਵਰਸਿਟੀਜ਼ ਆਪਣੇ ਟਾਈਪਸ ਹੈਗੇ ਨੇ, ਕਿਤੇ ਕਿਤੇ ਪਾਥਵੇਜ਼ ਬੱਚੇ ਨੂੰ ਮਿਲ ਸਕਦਾ ਹੈ? ਜੀ ਬਿਲਕੁਲ, ਯੂਨੀਵਰਸਿਟੀ ਕੈਨੇਡਾ ਵੈਸਟ ਦੇ ਵਿੱਚ ਸਾਡੇ ਕੋਲ ਐਸੋਸੀਏਟ ਡਿਗਰੀ ਨਾਲ ਪਾਥਵੇ ਜਿਹੜਾ ਹੈਗਾ ਟ੍ਰਾਂਸਫਰ ਹੈਗਾ ਪਲੱਸ ਬੈਚਲਰ ਆਫ ਕਾਮਰਸ ਦੇ ਲਈ ਵੀ ਹੈਗਾ 2+2 ਪ੍ਰੋਗਰਾਮ। ਸਾਡੇ ਕੋਲ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਹੈ, ਆਪਣਾ ਜਿਹੜਾ ਥੋਮਸਨ ਰਿਵਰ ਯੂਨੀਵਰਸਿਟੀ, ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ, ਰਾਇਲ ਰੋਜ਼ ਯੂਨੀਵਰਸਿਟੀ, ਯੂਨੀਵਰਸਿਟੀ ਆਫ ਪ੍ਰਿੰਸ ਐਡਵਰਡ ਆਈਲੈਂਡ, ਨਾਰਥ ਆਈਲੈਂਡ ਕਾਲਜ ਤੇ ਰੀਸੈਂਟ ਟਾਈਪ ਸਾਡਾ ਜਿਹੜਾ ਹੋਇਆ ਸੀ ਅਨਾਊਂਸ ਕਰਨਾ, ਅਜੇ ਮੈਂ ਤਾਂ ਨਾਮ ਨਹੀਂ ਦੱਸ ਸਕਦਾ ਤੇ ਜਦੋਂ ਅਨਾਊਂਸ ਕਰਾਂਗੇ ਉਹਦੇ ਵਿੱਚ ਅਸੀਂ ਲਿਖਾਂਗੇ ਤੇ ਇੱਕ ਹੋਰ ਸਾਡੇ ਰੀਸੈਂਟ ਟਾਈਪਸ ਹੋਏ ਨੇ ਅਸੀਂ ਜੈਨ ਦੇ ਵਿੱਚ ਲਾਂਚ ਕਰ ਰਹੇ ਹਾਂ। ਵੈਰੀ ਗੁੱਡ, ਵੈਰੀ ਗੁੱਡ। ਤੇ ਆਫਰ ਲੈਟਰ ਕਿੰਨੇ ਦਿਨ ਤੁਸੀਂ ਪ੍ਰੋਵਾਈਡ ਕਰੋਗੇ ਅਸੀਂ ਤੁਹਾਨੂੰ ਐਪਲੀਕੇਸ਼ਨਸ ਦੇਣੇ ਜੀ ਅੱਜ? ਜੀ ਅਸੀਂ ਜਿਹੜਾ ਹੈ ਸਾਡੇ ਆਬਵੀਅਸਲੀ ਆਪ ਟੈਕਨੋਲੋਜੀ ਦੇ ਸਕੂਲ ਆ, ਤੁਸੀਂ ਸਾਡਾ ਲੋਗੋ ਦੇਖ ਸਕਦੇ ਹੋ, ਅਸੀਂ ਇੱਕ ਟੈਕਨੋਲੋਜੀ ਦਾ ਸਾਡਾ ਜਿਹੜਾ ਕੋਡਿੰਗ ਦਾ ਸਾਡਾ ਮੇਨ ਮਾਹਿਰ ਹੈ। ਅਸੀਂ ਆਪਣਾ ਐਡਮਿਸ਼ਨ ਪੋਰਟਲ ਡਿਜ਼ਾਈਨ ਕੀਤਾ ਹੋਇਆ ਜਿਹਦੇ ਕਰਕੇ ਅਸੀਂ 2 ਤੋਂ 3 ਦਿਨ ਦੇ ਵਿੱਚ ਬੱਚੇ ਨੂੰ ਆਫਰ ਲੈਟਰ ਦੇ ਸਕਦੇ ਹਾਂ। ਹਰ ਚੀਜ਼ ਜਿਹੜੀ ਆ ਆਟੋਮੇਟਿਡ ਹੈ, ਇਸ ਕਰਕੇ ਕੋਈ ਬਹੁਤ ਲੰਬਾ ਟਾਈਮ ਨਹੀਂ ਲੱਗਦਾ ਸਾਨੂੰ ਡਾਕੂਮੈਂਟ ਚੈੱਕ ਕਰਨ ਦਾ, ਸਾਡੇ ਕੋਡਿੰਗ ਲੱਗੀ ਹੋਈ ਹੈ, ਆਟੋਮੈਟਿਕਲੀ ਸਭ ਕੁਝ ਚੈੱਕ ਹੋ ਜਾਂਦਾ ਤੇ 2 ਤੋਂ 3 ਦੇ ਬੱਚਾ ਆਪਣਾ ਜਿਹੜੀ ਆਫਰ ਲੈਟਰ ਲੈ ਸਕਦਾ। ਹੁਣ ਆਪਾਂ ਮੇਨ ਪੁਆਇੰਟ ਤੇ ਆਈਏ, ਫੀ ਸਟਰਕਚਰ ਬਾਰੇ ਕੁਝ ਤੇ ਦੱਸੋਗੇ ਸਟੂਡੈਂਟਸ ਨੂੰ ਪਤਾ ਲੱਗੇ ਕਿ ਕਿੰਨੀ ਫੀ ਹੋ ਸਕਦੀ ਆ? ਜੀ ਸਾਡੇ ਜਿਹੜੇ ਰੈਗੂਲਰ ਪ੍ਰੋਗਰਾਮਸ ਨੇ ਜਿਹੜੇ 2 ਸਾਲ ਦੇ, ਜਿਵੇਂ ਐਡਵਾਂਸ ਡਿਪਲੋਮਾ ਇਨ ਬਿਜ਼ਨਸ ਹੈ, ਐਡਵਾਂਸ ਡਿਪਲੋਮਾ ਇਨ ਕੰਪਿਊਟਿੰਗ ਹੈ, ਸੋਫਟਵੇਅਰ ਡਿਵੈਲਪਮੈਂਟ ਹੈ, ਤੇ ਇਹਨਾਂ ਦੇ ਜਿਹੜੇ 2 ਸਾਲ ਦੇ ਪ੍ਰੋਗਰਾਮਸ ਨੇ ਉਹਨਾਂ ਦੀ ਰੈਗੂਲਰ ਫੀ ਜਿਹੜੀ ਹੈਗੀ ਹੈ ਉਹ ਹੈਗੀ ਹੈ $14,500, $14,500 ਪਰ ਈਅਰ। ਜਿਹਦੇ 'ਚ ਬੱਚਾ ਕੋਅਪ ਐਡ ਕਰਦਾ ਸਿਰਫ $2,000 ਐਕਸਟਰਾ ਈਚ ਈਅਰ, ਦੈਟ ਇਜ਼ $16,500 ਪਰ ਈਅਰ ਮਿਲਦੀ ਹੈ, ਪਰ ਕੋਅਪ ਦਾ ਬੈਨੀਫਿਟ ਬਹੁਤ ਮਿਲਦਾ ਹੈ। ਜਿਹੜਾ ਸਾਡਾ 1 ਸਾਲ ਦੇ ਪ੍ਰੋਗਰਾਮ ਹੈ ਜਿਵੇਂ ਕਿ ਐਡਵਾਂਸ ਕਰਦਾ ਐਪਲੀਕੇਸ਼ਨ ਡਿਵੈਲਪਮੈਂਟ ਡਿਪਲੋਮਾ, ਉਹਦੀ ਫੀਸ 1 ਸਾਲ ਦੀ $16,500 ਹੈ। ਅਗੇਨ ਜੇ ਬੱਚਾ ਕੋਅਪ ਲੈਂਦਾ ਤਾਂ ਉਹ $18,500 ਬਣਦੀ ਹੈ। ਤੇ ਇਹਦੇ ਵਿੱਚ ਬੱਚਿਆਂ ਦੀ ਥੋੜੀ ਬਹੁਤ ਹੈਲਪ ਕਰਨ ਦੇ ਲਈ ਅਸੀਂ ਜੋ ਕਰ ਰਹੇ ਹਾਂ ਸਪਟੈਂਬਰ ਇਨਟੇਕ ਦੇ ਵਿੱਚ, ਕਈ ਬੱਚੇ ਸਾਨੂੰ ਫੋਨ ਕਰਕੇ ਕਹਿ ਰਹੇ ਸੀ ਕਿ ਸਰ ਅਸੀਂ ਸਪਟੈਂਬਰ ਇਨਟੇਕ ਸ਼ੁਰੂ ਕਰਨਾ ਚਾਹੁੰਦੇ ਹਾਂ ਤੇ ਸਾਡੀ ਆਫਰ ਆ ਗਈ ਹੈ, ਪਰ ਸਾਨੂੰ ਫੀਸ ਇਕੱਠੀ ਕਰਨ ਥੋੜਾ ਟਾਈਮ ਲੱਗੇਗਾ, ਕਿਤੇ ਸੀਟਸ ਨਾ ਫੁੱਲ ਹੋ ਜਾਣ, ਤਾਂ ਉਹਦੇ ਲਈ ਕੀ ਕੀਤਾ ਜਾਏ ਕਿਉਂਕਿ ਫੀਸ ਦੇ ਕੇ ਜਿਹੜੀ ਹੈ ਸੀਟ ਬੁੱਕ ਹੁੰਦੀ ਹੈ। ਤਾਂ ਅਸੀਂ ਬੱਚਿਆਂ ਨੂੰ $3,000 ਦੇ ਕਹਿ ਕੇ ਵੀ $3,000-3,500 ਜੇ ਬੱਚਾ ਪੇ ਕਰਦਾ ਤਾਂ ਅਸੀਂ ਸੀਟ ਜਿਹੜੀ ਹੈ ਬੱਚੇ ਦੀ ਹੋਲਡ ਤੇ ਪਾ ਰਹੇ ਹਾਂ, ਤੇ ਜਦੋਂ ਆਪਣੀ ਹਾਫ ਈਅਰ ਫੀ ਜਾਂ ਫੁੱਲ ਈਅਰ ਫੀ ਪੇ ਕਰਕੇ ਨਾਨ ਐਸ ਸੀ ਅਸੀਂ ਐਸ ਸੀ ਐਸ ਪ੍ਰੋਫਾਈਲ ਜਿਹਦੇ ਵਿੱਚ ਜਾਣਾ ਚਾਹੁੰਦਾ, ਜੋ ਉਹਦੇ ਪੁਆਇੰਟ ਬਣਦੇ ਹੋਣਗੇ ਉਸ ਹਿਸਾਬ ਨਾਲ ਉਹ ਆਪਣਾ ਅੱਗੇ ਚੱਲ ਕੇ LOA ਲੈ ਸਕਦਾ। ਸੋ ਬੇਸਿਕਲੀ ਬੱਚਿਆਂ ਦੀ ਹੈਲਪ ਹੋ ਰਹੀ ਹੈ, ਹੁਣ ਬੱਚੇ $3,000 ਦੇ ਕੇ ਆਪਣੀ ਸੀਟ ਨੂੰ ਬੁੱਕ ਕਰ ਰਹੇ ਹਾਂ ਤਾਂ ਜੋ ਪ੍ਰੋਗਰਾਮ ਸਾਡੇ ਨਾਲ ਸ਼ੁਰੂ ਕਰ ਸਕਣ, ਬਿਕਾਜ਼ ਸਪਟੈਂਬਰ ਇਨਟੇਕ ਅਸੀਂ ਉਹਨਾਂ ਬੱਚਿਆਂ ਨੂੰ ਵੀ ਸ਼ੁਰੂ ਕਰਨ ਦਾ ਮੌਕਾ ਦੇ ਰਹੇ ਹਾਂ ਇੰਡੀਆ ਤੋਂ ਆਨਲਾਈਨ, ਜਿਹੜੇ ਬੱਚਿਆਂ ਦਾ ਹਜੇ ਵੀਜ਼ਾ ਜਿਹੜਾ ਨਾ ਤਾਂ ਜਾਂ ਆਇਆ ਨਹੀਂ ਜਾਂ ਉਹਨੇ ਲਗਾਇਆ ਨਹੀਂ, ਉਹ ਬੱਚਾ ਵੀ ਸਾਡੇ ਨਾਲ ਸਪਟੈਂਬਰ ਇਨਟੇਕ ਸ਼ੁਰੂ ਕਰ ਸਕਦਾ। ਸੋ ਇੱਕ ਬਹੁਤ ਵਧੀਆ ਮੌਕਾ ਹੈ। ਬਿਫੋਰ ਵੀਜ਼ਾ ਕਲੀਅਰ ਕਰਨੀ ਪਏਗੀ ਫੀਸ ਜਾਂ ਉੱਥੇ ਜਾ ਕੇ ਬੱਚਾ ਪੇ ਕਰੇਗਾ ਦਾ ਰਿਮੇਨਿੰਗ ਫੀਸ? ਦੇਖੋ ਜੀ, ਸਾਡੇ ਕੋਲ 2 ਹੀ ਆਪਸ਼ਨ ਹੁੰਦੀਆਂ ਨੇ। ਜੇ ਤਾਂ ਨਾਨ ਐਸ ਸੀ ਐਸ ਪ੍ਰੋਫਾਈਲ ਹੈ, ਬੱਚਾ ਹਾਫ ਈਅਰ ਜਿਹੜੀ ਫਸਟ ਸਮੈਸਟਰ ਦੀ ਫੀਸ ਆ ਉਹ ਪੇ ਕਰ ਸਕਦਾ। ਜੇ ਬੱਚਾ ਐਸ ਡੀ ਐਸ ਪ੍ਰੋਫਾਈਲ ਦੇ ਅੰਦਰ ਜਾ ਰਿਹਾ 6 ਸੀਟ, ਤਾਂ ਉਹਨੂੰ 1 ਸਾਲ ਦੀ ਫੀਸ ਪੇ ਕਰਨੀ ਪੈਣੀ ਹੈ, ਤਾਂ ਵੀਜ਼ਾ ਆਉਣ ਤੋਂ ਤਾਂ ਹੀ ਉਦੋਂ ਹੀ LOA ਆਏਗੀ, ਉਹ ਤੋਂ ਬਾਅਦ ਵੀਜ਼ਾ ਲੈ ਕੇ ਜਾ ਸਕਦਾ। ਕਈ ਕਾਲਜ
ਉਹਦੇ ਚ ਉਹਨਾਂ ਨੇ ਬਹੁਤ ਹੀ ਸਟ੍ਰਿਕਟਲੀ ਇੱਕ ਚੀਜ਼ ਬੋਲੀ ਹੋਈ ਹੈ ਕਿ ਜਿੰਨੇ ਵੀ ਗਵਰਨਮੈਂਟ ਅਪਰੂਵਡ ਕਾਲਜਿਸ ਨੇ, ਜਿਵੇਂ ਕਿ ਕੋਟਕਪੂਰ ਕਾਲਜ, ਗਵਰਨਮੈਂਟ ਅਪਰੂਵ ਦਾ ਮਤਲਬ ਇਹ ਨਹੀਂ ਹੈ ਕਿ ਗਵਰਨਮੈਂਟ ਫੰਡਡ, ਗਵਰਨਮੈਂਟ ਅਪਰੂਵ ਮਤਲਬ ਜਿਹੜੇ ਕਿ ਗਵਰਨਮੈਂਟ ਦੇ ਅਪਰੂਵਲ ਤੋਂ ਹੋ ਕੇ ਸ਼ੁਰੂ ਹੁੰਦੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਗਵਰਨਮੈਂਟ ਦੇ ਪਹਿਲਾਂ ਡੈਸਕ ਤੇ ਜਾਂਦਾ, ਸਾਲ ਲੱਗ ਜਾਏ ਭਾਵੇਂ, ਜਦ ਤੱਕ ਅਪਰੂਵ ਨਹੀਂ ਹੁੰਦਾ ਅਸੀਂ ਉਹਨੂੰ ਲਾਂਚ ਨਹੀਂ ਕਰ ਸਕਦੇ। ਜਿਵੇਂ ਬੀਸੀ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਲੋਕਲ ਬਾਡੀ ਦਾ ਨਾਮ ਹੈ PTIB, ਪ੍ਰਾਈਵੇਟ ਟ੍ਰੇਨਿੰਗ ਇੰਸਟੀਟਿਊਸ਼ਨ ਬ੍ਰਾਂਚ, ਜਿਹੜੀ ਕਿ ਫੈਡਰਲ ਦਾ ਪਾਰਟ ਹੈ। ਉਹਨਾਂ ਨੇ ਬਹੁਤ ਸਪਸ਼ਟ ਲਿਖਿਆ ਹੋਇਆ ਕਿ ਜਿਹੜੇ ਆਹ ਫੀਸ ਆਫਟਰ ਵੀਜ਼ਾ ਹੈ ਇਹ ਉਹ ਉਹਨੂੰ ਨਹੀਂ ਮੰਨਦੇ ਤੇ ਉਹ ਬੈਸਟ ਪ੍ਰੈਕਟਿਸ ਨਹੀਂ ਹੈ। ਇਸ ਕਰਕੇ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਤੇ ਜੋ ਵੀ ਗਵਰਨਮੈਂਟ ਕਹਿੰਦੀ ਅਸੀਂ ਉਹੀ ਫੋਲੋ ਕਰਕੇ ਅੱਗੇ ਚੱਲਦੇ ਹਾਂ। ਇਸੇ ਕਰਕੇ ਬੱਚਿਆਂ ਦਾ ਜਿਹੜਾ ਸਕਸੈਸ ਰੇਟ ਹੈ ਵੀਜ਼ਾ ਦਾ ਉਹ ਬਹੁਤ ਹਾਈ ਹੈ। ਸਾਡੇ SDS ਐਪਲੀਕੇਸ਼ਨਸ ਅਰਾਊਂਡ 78-80% ਸਕਸੈਸ ਰੇਟ ਹੈਗਾ। ਐਕਨੋਲਿਜਮੈਂਟ ਮਿਲੂਗੀ ਸਾਰੀ ਫੀਸ ਪੇ ਕਰਨ ਤੋਂ ਬਾਅਦ, ਫਿਰ ਫਾਈਲ ਲੌਗਇਨ ਹੋ ਗਿਆ, ਅਦਰਵਾਈਜ਼ ਫਿਰ ਫੀਸ ਪੇ ਕੀਤੇ ਬਿਨਾ ਕੁਝ ਨਹੀਂ ਹਾਲ ਹੈਗਾ ਸਟੂਡੈਂਟ ਦਾ। ਹਾਂਜੀ, ਤੇ ਇਸ ਟਾਈਮ ਜਿਹੜਾ ਜਿਵੇਂ, ਹਾਂਜੀ ਇਸ ਟਾਈਮ ਜਿਵੇਂ ਤੁਹਾਨੂੰ ਦੱਸਿਆ ਕੋਵਿਡ ਦੇ ਚੱਲਦੇ ਬੱਚਿਆਂ ਦੀ ਹੈਲਪ ਕਰਨ ਦੇ ਲਈ, ਬਿਕਾਜ਼ ਬਾਇਓਮੈਟ੍ਰਿਕਸ ਥੋੜੇ ਡਿਲੇ ਹੋ ਰਹੇ ਨੇ ਇੰਡੀਆ ਦੇ ਵਿੱਚ, ਬੱਚਾ ਫੀਸ ਪੇ ਕਰਕੇ ਆਪਣੀ ਫਾਈਲ ਲਗਾਉਂਦਾ ਹੈ, ਲੈਟਸ ਸੇ ਬਾਇਓਮੈਟ੍ਰਿਕਸ ਨਹੀਂ ਆਏ, ਉਹ ਤਾਂ ਵੀ ਆਪਣਾ ਪ੍ਰੋਗਰਾਮ ਸਪਟੈਂਬਰ ਇਨਟੇਕ ਦੇ ਵਿੱਚ ਸ਼ੁਰੂ ਕਰ ਸਕਦਾ ਹੈ। ਤੇ ਜੇ ਸਪੋਜ਼ ਕਰੋ ਉਹਨੇ September 21st ਨੂੰ ਸਾਡੀ ਪੜ੍ਹਾਈ ਸ਼ੁਰੂ ਕੀਤੀ ਤੇ ਨਵੰਬਰ ਦੇ ਵਿੱਚ ਉਹਦੀ ਬਾਇਓਮੈਟ੍ਰਿਕਸ ਹੋ ਗਈ, ਫਾਈਲ ਜਿਹੜੀ ਹੈ ਅੱਗੇ ਅੰਬੈਸੀ ਕੋਲ ਗਈ, ਅਸੀਂ ਨਾਲ ਉਹਨੂੰ ਕ੍ਰੈਡਿਟ ਦਾ ਵੀ ਸਰਟੀਫਿਕੇਟ ਦੇਵਾਂਗੇ ਤਾਂ ਜੋ ਉਹਦੇ ਵੀਜ਼ੇ ਆਉਣ ਦੇ ਚਾਂਸਿਸ ਵੱਧ ਜਾਣ ਕਿ ਇਸ ਬੱਚੇ ਨੇ ਇੰਨੇ ਕ੍ਰੈਡਿਟ ਪਹਿਲਾਂ ਹੀ ਇੰਡੀਆ 'ਚ ਸਾਡੇ ਨਾਲ ਆਨਲਾਈਨ ਪ੍ਰੋਗਰਾਮ 'ਚ ਕਰ ਲਏ ਹੈ ਤੇ ਅਸੀਂ ਰੈਕਮੈਂਡ ਕਰ ਰਹੇ ਹਾਂ ਕਿ ਇਹਨੂੰ ਪਲੀਜ਼ ਵੀਜ਼ਾ ਦਿੱਤਾ ਜਾਵੇ ਤਾਂ ਜੋ ਇਹ ਬੱਚਾ ਸਾਡੇ ਕੋਲ ਆਵੇ। ਬਟ ਸਟੂਡੈਂਟ ਨੇ ਵਾਕਈ ਜੇ ਉਹ ਨਹੀਂ ਕੀਤੇ ਹੋਣਗੇ ਆਨਲਾਈਨ, ਉਹਨੇ ਨਹੀਂ ਕਲਾਸਿਸ ਲਈ ਹੋਣਗੇ, ਫਿਰ ਵੀ ਤੁਸੀਂ ਇਹ ਚੀਜ਼ ਕਹੋਗੇ ਵੀ ਇਹਨਾਂ ਨੇ ਕੀਤਾ ਹੈਗਾ? ਜੀ ਨਹੀਂ, ਆਨਲਾਈਨ ਪ੍ਰੋਗਰਾਮ ਸਾਡੇ ਨਾਲ ਸ਼ੁਰੂ ਕਰਨਗੇ, ਕਲਾਸਿਸ ਲਗਾਉਣਗੇ ਤਾਂ ਹੀ ਅਸੀਂ ਕ੍ਰੈਡਿਟ। ਹਾਂਜੀ ਹਾਂਜੀ, ਇਹਦਾ ਨੁਕਸਾਨ ਕੋਈ ਨਹੀਂ, ਇਹਦਾ ਫਾਇਦਾ ਹੀ ਹੈ। ਨੁਕਸਾਨ ਕਿਉਂ ਨਹੀਂ ਹੈ? ਬਿਕਾਜ਼ ਵਰਸਟ ਕੇਸ ਸਿਨੈਰੀਓ ਬੱਚਾ ਇੱਕੋ ਚੀਜ਼ ਪੁੱਛਦਾ ਕਿ ਸਰ ਜੇ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਫਿਰ ਕੀ ਕਰੋਗੇ, ਤੇ ਮੈਂ 2 ਮਹੀਨੇ ਕਲਾਸਿਸ ਲਗਾ ਵੀ ਲਈਆਂ, ਤਾਂ ਜਿੰਨੀਆਂ ਕਲਾਸਿਸ ਲਗਾਈਆਂ ਉਹਦਾ ਵੀ ਫੀ ਜਿਹੜਾ ਹੈ ਅਸੀਂ ਡਿਡਕਟ ਨਹੀਂ ਕਰਾਂਗੇ। ਸਿਰਫ ਐਡਮਿਨਿਸਟ੍ਰੇਸ਼ਨ ਕਾਸਟ $250 ਕੱਟਦੀ ਹੈ, ਉਨੀ ਕੱਟੇਗੀ, ਬਾਕੀ ਸਾਰਾ ਪੈਸਾ ਰੀਫੰਡ ਹੋ ਜਾਏਗਾ ਬੱਚੇ ਦਾ ਤੇ ਉਹਦੀ ਪੜ੍ਹਾਈ ਜਿਹੜੀ ਹੈ ਉਹ ਸਗੋਂ ਪੜ੍ਹਾਈ ਕੀਤੀ ਫਾਇਦਾ ਹੀ ਦੇ ਸਕਦੀ ਹੈ, ਨੁਕਸਾਨ ਨਹੀਂ ਦੇਗੀ। ਫਿਰ ਤਾਂ ਬੜੀ ਅੱਛੀ ਗੱਲ ਹੈ ਕਿ 2 ਮਹੀਨੇ ਦੀ ਕੋਚਿੰਗ ਵੀ ਲੈ ਲਈ, ਕਲਾਸਿਸ ਵੀ ਲੈ ਲਈ ਤੇ ਫੀਸ ਵੀ ਰਿਫੰਡ ਹੋ ਜਾਏਗੀ ਬੱਚੇ ਦੇ ਅਕਾਊਂਟ ਵਿੱਚ ਇਨ ਕੇਸ ਵੀਜ਼ਾ ਰਿਫਿਊਜ਼ ਹੁੰਦਾ ਹੈ ਉਸ ਕੰਡੀਸ਼ਨ ਦੇ ਵਿੱਚ। ਹਾਂਜੀ, ਪਰ ਵੀਜ਼ਾ ਦੇ ਚਾਂਸਸ ਵਧਣ ਦੇ ਬਹੁਤ ਵਧੀਆ ਇਹਦੇ ਹੈਗੇ ਨੇ, ਬਣਨਗੇ ਸਰ। ਮੇਨ ਟੇਕ ਸਾਡੇ ਮੇਨ ਟੇਕ ਦੇ ਬੱਚੇ ਆਨਲਾਈਨ ਸਾਡੇ ਨਾਲ ਪਹਿਲਾਂ ਹੀ ਸਾਡੀ ਕਲਾਸਿਸ ਸ਼ੁਰੂ ਕਰ ਚੁੱਕੇ ਆ ਤੇ ਉਹ ਬੜੇ ਖੁਸ਼ ਨੇ ਕਿ ਉਹਨਾਂ ਨੇ ਜਿਹੜੇ ਹੈਜੀਟੇਟ ਕਰ ਰਹੇ ਸੀ ਪਹਿਲਾਂ ਕਿ ਮੈਂ ਆਨਲਾਈਨ ਕਲਾਸਿਸ ਨਹੀਂ ਸ਼ੁਰੂ ਕਰ ਸਕੂੰਗਾ, ਮੈਂ ਕਿੱਦਾਂ ਪੜੂੰਗਾ, ਉਹ ਬੱਚਾ ਅੱਜ ਉਹਦੇ ਕਮਿਊਨੀਕੇਸ਼ਨ ਸਕਿੱਲਸ 1 ਮਹੀਨਾ ਹੋਇਆ ਜੇ ਇੰਨੇ ਜ਼ਿਆਦਾ ਇੰਪਰੂਵ ਹੋ ਚੁੱਕੇ ਨੇ। ਅੱਗੇ ਚੱਲ ਕੇ ਜੋ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਜ਼ਿਆਦਾਤਰ, ਜੋ ਬੱਚਾ ਨਵਾਂ ਨਵਾਂ ਕੈਨੇਡਾ ਜਾ ਕੇ ਪੜ੍ਹਾਈ ਸ਼ੁਰੂ ਕਰਦਾ ਹੈ, ਕਦੇ ਜੋਬ ਨਹੀਂ ਲੈ ਪਾਉਂਦਾ, ਕਮਿਊਨੀਕੇਸ਼ਨ ਸਕਿੱਲਸ ਮਾੜੇ ਹੁੰਦੇ ਨੇ, ਅਕੈਡਮਿਕ ਜਿਹੜੀ ਹੈ ਬਿਲਕੁਲ ਡਿਫਰੈਂਟ ਹੈ ਕੈਨੇਡਾ ਦੀ, ਉਹਨੂੰ ਅਡੈਪਟ ਕਰਨ 2-3 ਮਹੀਨੇ ਲੱਗ ਜਾਂਦੇ ਨੇ, ਉਹ ਸਾਰਾ ਇੰਡੀਆ 'ਚ ਬੈਠੇ ਰਿਲੈਕਸ ਇਨਵਾਇਰਮੈਂਟ ਘਰੇ ਬੈਠੇ ਉਹਦਾ ਹੋ ਰਿਹਾ ਤੇ ਫੁੱਲ ਟਾਈਮ ਉਹਨੂੰ ਕੰਸੀਡਰ ਕੀਤਾ ਜਾਏਗਾ ਇਮੀਗ੍ਰੇਸ਼ਨ ਵੱਲੋਂ, ਤਾਂ ਹੋਰ ਬੱਚੇ ਨੂੰ ਕੀ ਚਾਹੀਦਾ। ਇਸ ਕਰਕੇ ਬੜੇ ਖੁਸ਼ ਨੇ, ਉਪਰੋਂ ਡਾਲਰਸ ਵੀ ਸੇਵ ਹੋ ਰਹੇ ਆ। ਇੰਟਰਨੈਸ਼ਨਲ ਫੈਕਲਟੀ ਸਪੋਰਟ ਕਰ ਰਹੀ ਹੈ ਕਿ ਇੰਡੀਆ ਤੋਂ ਜਿਹੜਾ ਟੀਚਰਸ ਉਹਨਾਂ ਨੂੰ ਜਿਹੜਾ ਵਾ ਕੋਚਿੰਗ ਦੇ ਰਹੇ ਨੇ? ਇੰਡੀਆ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਜਿਹੜੇ ਉਹਨਾਂ ਨਾਮ ਹੈ ਈਅਨ, ਮਿਰੈਂਡਾ ਤੇ ਜੋਡੀ, ਤੇ ਤਿੰਨ ਜਿਹੜੇ ਨੇ ਬੱਚਿਆਂ ਨੂੰ ਇੱਥੇ ਪੜ੍ਹਾ ਰਹੇ ਨੇ ਤੇ ਤਿੰਨਾਂ ਦੀ ਜਿਹੜੀ ਰਿਵਿਊਜ਼ ਆ ਰਹੇ ਨੇ ਬਹੁਤ ਬੱਚੇ ਖੁਸ਼ ਨੇ। ਅਸੀਂ ਜਲਦੀ ਟੈਸਟੀਮੋਨੀਅਲ ਸੀ ਸਾਡੇ ਜਿਹੜੇ ਵੈਬ ਪੇਜਸ ਨੇ, ਵੈਬਸਾਈਟਸ ਨੇ, ਉਹਨਾਂ ਤੇ ਅਸੀਂ ਸ਼ੇਅਰ ਕਰਾਂਗੇ ਬੱਚਿਆਂ ਦੇ ਕਰੰਟ, ਤੇ ਦੇ ਆਰ ਵੈਰੀ ਹੈਪੀ ਰਾਦਰ ਕਿ ਅਸੀਂ ਖੁਸ਼ ਹਾਂ ਕਿ ਅਸੀਂ ਸ਼ੁਰੂ ਕਰ ਲਿਆ। ਤੇ ਕੁਝ ਬੱਚੇ ਜਿਹੜੇ ਸਪਟੈਂਬਰ ਦੇ ਵਿੱਚ ਡੈਫਰ ਲੈ ਕੇ ਆ ਗਏ ਸੀ ਤੇ ਉਹ ਬੱਚੇ ਸਗੋਂ ਰਾਦਰ ਫੋਨ ਕਰਕੇ ਕਹਿੰਦੇ ਸਰ ਮੇਰੇ ਫਰੈਂਡ ਬੜੇ ਖੁਸ਼ ਨੇ, ਕਾਸ਼ ਮੈਂ ਵੀ ਸ਼ੁਰੂ ਕਰ ਦਿੱਤਾ ਹੁੰਦਾ, ਮੇਰਾ ਗੈਪ ਨਾ ਪੈਂਦਾ, ਮੇਰਾ ਵੀਜ਼ਾ ਵੇਸਟ ਨਾ ਹੁੰਦਾ, ਮੈਂ ਸ਼ੁਰੂ ਕਰ ਦਿੱਤੀ ਵਧੀਆ ਸੀ। ਸੋ ਇਹ ਓਪਰਚੁਨਿਟੀ ਬੱਚੇ ਨੂੰ ਜ਼ਰੂਰ ਸਮਝਣੀ ਚਾਹੀਦੀ ਹੈ, ਈਵਨ ਪੇਰੈਂਟਸ ਨੂੰ। ਜਿਹੜਾ ਪੇਰੈਂਟ ਕਹਿੰਦਾ ਕਿ ਅਸੀਂ ਬੱਚੇ ਨੂੰ ਕੈਨੇਡਾ ਭੇਜਣਾ ਸੀ ਤਾਂ ਜੋ ਡਾਲਰ ਕਮਾ ਸਕਦੇ ਆ ਇਹ ਪਹਿਲੇ ਮਹੀਨੇ ਪਹਿਲੇ ਸਮੈਸਟਰ, ਇਹਦੇ ਵਿੱਚ ਜ਼ਰੂਰ ਪੇਰੈਂਟ ਨੂੰ ਸਮਝਣਾ ਚਾਹੀਦਾ ਹੈ ਕਿ ਜਾਂਦੇ ਤਾਂ ਜੋਬ ਨਹੀਂ ਲੱਗਦੀ, ਜਾ ਕੇ ਘੱਟੋ ਘੱਟ 2 ਮਹੀਨੇ 3 ਮਹੀਨੇ 4 ਮਹੀਨੇ ਲੈ ਕੇ, ਜੇ ਬੱਚੇ ਨੇ ਖਰਚਾ ਵੀ ਕਰਨਾ ਸੀ $600-800, ਉਹ ਇੰਡੀਆ ਬੈਠਾ ਆਪਣਾ ਪੜ੍ਹ ਰਿਹਾ, ਆਪਣੇ ਕਮਿਊਨੀਕੇਸ਼ਨ ਸਕਿੱਲਸ ਵਧੀਆ ਕਰ ਰਿਹਾ, ਆਪਣੀ ਅਕੈਡਮਿਕ ਜਿਹੜੀ ਹੈਗੀ ਹੈ ਕੰਟੀਨਿਊ ਕਰ ਰਿਹਾ, ਪਲੱਸ ਉੱਥੇ ਦੀ ਪੜ੍ਹਾਈ ਸਿੱਖ ਰਿਹਾ, ਜਦ ਤੱਕ ਜਾਏਗਾ ਠੀਕ, ਜਦ ਤੱਕ ਜਾਏਗਾ ਇੱਕ ਲੈਵਲ ਤੇ ਹੋ ਕੇ ਜਾਏਗਾ, ਪਲੱਸ ਉਹ ਡਾਲਰ ਸੇਵ ਵੀ ਤਾਂ ਕਰ ਰਿਹਾ, $600-800 ਕਿਹੜਾ ਖਰਚ ਰਿਹਾ ਇੰਡੀਆ 'ਚ ਬੈਠਾ। ਤਾਂ ਉਹ ਚੀਜ਼ ਪੇਰੈਂਟ ਨੂੰ ਜ਼ਰੂਰ ਸਮਝਣੀ ਚਾਹੀਦੀ ਹੈ। ਇਹ ਕੋਵਿਡ ਦੇ ਚਲਤੇ ਜਿਹੜਾ ਇਸ਼ੂ ਆਇਆ, ਅਸੀਂ ਪੂਰੀ ਹੈਲਪ ਕਰ ਰਹੇ ਹਾਂ ਬੱਚੇ ਵਿੱਚ ਨਹੀਂ ਕਰ ਸਕੀਏ। ਸਰ ਮੈਂ ਐਗਰੀ ਕਰਦੀ ਹਾਂ ਤੁਹਾਡੀ ਇਸ ਗੱਲ ਨਾਲ, ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀਗਾ, ਅਵੇਅਰਨੈਸ ਨਹੀਂ ਸੀਗੀ, ਈਵਨ ਮੇਰੀ ਵੀ ਮੈਂਟੈਲਿਟੀ ਸੀਗੀ ਕਿ ਆਨਲਾਈਨ ਸਟੱਡੀ ਅਸੀਂ ਨਾ ਕਰਵਾਈਏ ਬੱਚਿਆਂ ਨੂੰ ਤੇ ਬੜੇ ਪ੍ਰੋਪਰ ਵੇ ਨਾਲ ਵੈਰੀ ਫਸਟ ਡੇ ਆਨਵਰਡਸ ਬੱਚਾ ਉੱਥੇ ਜਾ ਕੇ ਸਟੱਡੀ ਕਰੇ, ਬਟ ਵਾਕਈ ਇਹ ਚੇਂਜਸ ਆ ਚੁੱਕੇ ਨੇ, ਸਟੂਡੈਂਟਸ ਜਿਹੜੇ ਨੇ ਆਨਲਾਈਨ ਸਟੱਡੀ ਲੈਣੀ ਸਟਾਰਟ ਕਰ ਚੁੱਕੇ ਨੇ ਕੈਨੇਡਾ ਦੇ ਕਾਲਜਿਸ ਤੋਂ ਬਹੁਤ ਸਾਰੇ। ਇੱਕ ਚੀਜ਼ ਮੈਂ ਐਡ ਕਰਨਾ ਚਾਹੂੰਗਾ ਜੀ, ਇੱਕ ਬੱਚਾ
ਉਹਦੇ ਬਹੁਤ ਬੈਨੀਫਿਟ ਹੋਏਗਾ ਅੱਗੇ ਚੱਲ ਕੇ ਫਿਊਚਰ ਵਿੱਚ ਜੋਬ ਦੇ ਵਿੱਚ, ਕਿਉਂਕਿ ਕੱਲ ਨੂੰ ਜਦੋਂ ਬੱਚੇ ਦੀ ਜੋਬ ਲੱਗੇਗੀ ਤੇ ਜੇ ਇੰਪਲੋਇਰ ਕਰੇਗਾ ਫਿਰ ਰਿਮੋਟ ਜੋਬ ਕਰਨੀ ਪੈਣੀ ਹੈ, ਟਰੈਵਲ ਤੇ ਜਾ ਕੇ ਉੱਥੇ ਜਾ ਕੇ ਰਿਪੋਰਟਿੰਗ ਦੇ, ਬੱਚਾ ਉਸ ਇੰਪਲੋਇਰ ਨੂੰ ਨਹੀਂ ਕਹੇਗਾ ਕਿ ਸੋਰੀ ਮੈਂ ਤੇ ਆਨਲਾਈਨ ਕੰਮ ਨਹੀਂ ਹੋਣਾ, ਉਹ ਜੋਬ ਦਾ ਨੀਡ ਹੈ। ਉਵੇਂ ਹੀ ਅੱਜ ਪੜ੍ਹਾਈ ਦੇ ਨੀਡ ਹੈ, ਬੱਚਾ ਪ੍ਰੈਕਟਿਸ ਕਰ ਰਿਹਾ ਆਪਣੇ ਆਪ ਨੂੰ ਜੋਬ ਰੈਡੀ ਬਣਾ ਰਿਹਾ ਫਿਊਚਰ ਜੋਬ ਦੇ ਲਈ। ਇਸ ਟੌਪਿਕ ਤੇ ਕੁਝ ਮੇਰੇ ਮਾਈਂਡ ਵਿੱਚ ਕੁਝ ਖਿਆਲ ਆਏ, ਮੈਂ ਡਿਸਕਸ ਕਰ ਹੀ ਲਵਾਂ ਇੱਥੇ। ਜਿਵੇਂ ਕਿ ਸਟੂਡੈਂਟਸ ਉੱਥੇ ਜਾਂਦੇ ਨੇ ਜਦੋਂ ਸਟੱਡੀ ਕਰਦੇ ਨੇ, ਸਟੱਡੀ ਕਰਦਿਆਂ ਕਰਦਿਆਂ ਜਿਹੜੇ ਉਹਨਾਂ ਨੂੰ 20 ਆਵਰਸ ਵਰਕਿੰਗ ਰਾਈਟਸ ਮਿਲਦੇ ਨੇ, ਉਸਦੇ ਵਿੱਚ ਉਹਨਾਂ ਦੇ ਬੜੀ ਮੁਸ਼ਕਿਲ ਨਾਲ ਅਕੋਮੋਡੇਸ਼ਨ ਦਾ ਤੇ ਫੂਡ ਦਾ ਹੀ ਖਰਚਾ ਨਿਕਲਦਾ, ਬਟ ਇੱਥੇ ਉਹ ਸਾਰੇ ਪੈਸੇ ਸੇਵ ਹੋ ਰਹੇ ਆ ਤੇ ਐਂਡ ਆਫ ਦੀ ਡੇ ਜਾ ਕੇ ਉਹਨਾਂ ਨੂੰ ਵਰਕ ਪਰਮਿਟ ਉੱਥੇ ਮਿਲਣਾ ਹੀ ਆ, ਪੋਸਟ ਸਟੱਡੀ ਵਰਕ ਪਰਮਿਟ ਬੱਚੇ ਨੂੰ ਮਿਲਣਾ ਹੀ, ਜਿਹੜਾ ਕਿ ਸਾਨੂੰ ਜਾ ਕੇ ਬੈਨੀਫਿਸ਼ੀਅਲ ਹੋਣਾ ਸਾਡੀ PR ਪਾਉਣ ਦੇ ਵਿੱਚ, ਤੇ ਉਹਦੇ ਵਿੱਚ ਕੋਈ ਫਰਕ ਨਹੀਂ ਪੈਣਾ ਸਟੂਡੈਂਟ ਨੂੰ ਜੇ ਇੱਥੇ ਆਨਲਾਈਨ ਸਟੱਡੀ ਉਹ ਕਰ ਵੀ ਲੈਂਦਾ ਇੰਡੀਆ ਦੇ ਵਿੱਚ ਤੇ ਬੱਚਿਆਂ ਨੂੰ ਇਹ ਚੀਜ਼। ਇਹਦੇ 'ਚ ਇੱਕ ਐਡ ਹੋਰ ਕਰ ਦਾਂਗੇ ਜੀ, ਜਿਵੇਂ ਮੈਂ ਤੁਹਾਨੂੰ ਕੋਪ ਦੀ ਆਪਸ਼ਨ ਦਿੱਤੀ ਹੈ, ਸਾਡੇ ਸਾਰੇ ਬੱਚਿਆਂ ਨੇ ਕੋਪ ਲਈ ਹੋਈ ਹੈ ਇਸ ਟਾਈਮ, ਤਾਂ ਜਦੋਂ ਆਪਣੀ ਅਕੈਡਮਿਕਸ ਖਤਮ ਕਰਕੇ ਉੱਥੇ ਜਾਣਗੇ ਉੱਥੇ ਜਾ ਕੇ ਕੰਮ ਕਰਨਾ ਸ਼ੁਰੂ ਕਰਨਗੇ ਤੇ ਗਰੰਟੀਡ ਜੋਬ ਮਿਲੇਗੀ, ਬਿਕੋਜ਼ ਇੱਕ ਕੋਪ ਹੈ, ਕੋਆਪਰੇਟਿਵ ਐਜੂਕੇਸ਼ਨ ਹੈ, ਪਾਰਟ ਆਫ ਦੀ ਅਕੈਡਮਿਕਸ ਹੈ, ਤੇ ਕੋਡਕੋਰ ਵੱਲੋਂ ਸਾਡੇ ਜਿਹੜੀ ਕੰਪਨੀ ਪਾਰਟਨਰਸ ਨੇ ਉਹਨਾਂ ਵਿੱਚ ਆਪਣੇ ਫੀਲਡ ਦੇ ਵਿੱਚ ਬੱਚਾ ਜਾਂਦੇ ਹੀ ਜੋਬ ਕਰਨਾ ਸ਼ੁਰੂ ਕਰ ਦੇਗਾ ਤੇ ਉਹਨੂੰ 20 hours ਦਾ ਜਿਹੜਾ ਹੈ ਡਰ ਨਹੀਂ ਹੋਏਗਾ ਕਿ ਮੈਂ 20 hours ਮੈਨੂੰ ਜੋਬ ਮਿਲੇਗੀ ਕਿ ਨਹੀਂ। 20 hours ਮਿਲ ਜਾਂਦੀ ਹੈ ਆਪਣਾ ਸਾਈਡ ਬਾਈ ਸਾਈਡ ਉਹ ਵੀ ਕਰੀ ਜਾਵੇ, ਫੁੱਲ ਟਾਈਮ ਜੋਬ ਉਹਦੀ ਸਾਡੇ ਥਰੂ ਸਾਡੇ ਕੋਆਪ ਦੇ ਵਿੱਚ ਲੱਗ ਜਾਏਗੀ ਯੂਨੀਵਰਸਿਟੀ ਜਾਣ ਤੋਂ ਪਹਿਲਾਂ। ਸੈਪਟੈਂਬਰ ਲਈ ਵੈਸੇ ਫੋਕਸ ਅਸੀਂ ਸਾਰੇ ਉਮੀਦ ਕਰ ਰਹੇ ਹਾਂ ਕਿ ਸੈਪਟੈਂਬਰ ਇੰਡੇਟ ਦੇ ਵਿੱਚ ਫਲਾਈਟਸ ਵਗੈਰਾ ਸਟਾਰਟ ਹੋ ਜਾਣ, ਬਾਰਡਰਸ ਵਗੈਰਾ ਓਪਨ ਹੋ ਜਾਣ। ਅਗਰ ਨਹੀਂ ਵੀ ਹੁੰਦੇ ਕੋਈ ਪ੍ਰੋਬਲਮ ਹੁੰਦੀ ਹੈ ਤੇ ਇੱਕ ਸੈਮੈਸਟਰ ਅਗਰ ਬੱਚਾ ਇੱਥੇ ਪੜ੍ਹ ਵੀ ਲੈਂਦਾ ਵਾ ਤੇ ਕੋਈ ਲੋਸ ਨਹੀਂ ਹੈਗਾ, ਬੱਚੇ ਨੂੰ ਉੱਥੇ ਜਾ ਕੇ ਇੱਕ ਸੈਮੈਸਟਰ ਲਈ ਸਟਰਗਲ ਨਹੀਂ ਕਰਨਾ ਪਏਗਾ, ਉਲਟਾ ਉਹਦੀ ਸਟੱਡੀਜ਼ ਵੀ ਕੰਪਲੀਟ ਹੋ ਜਾਏਗੀ ਇੱਥੇ ਇੱਕ ਸੈਮੈਸਟਰ ਦੀ। ਹਾਂਜੀ, ਤੇ ਵਰਕ ਪਰਮਿਟ ਤੇ ਵਰਕ ਪਰਮਿਟ ਤਾਂ ਮਿਲਣਾ ਹੀ ਮਿਲਣਾ ਬਿਲਕੁਲ ਐਗਜ਼ੈਕਟ ਟਾਈਮ ਤੇ ਜਿਹੜਾ ਕਿ ਉਹਨਾਂ ਨੇ ਦੱਸਿਆ ਹੋਗਾ ਵੀ ਇਸ ਟਾਈਮ ਤੇ ਇੰਨੀ ਸਟੱਡੀ ਤੋਂ ਬਾਅਦ ਜਿਹੜਾ ਮਿਲਣਾ ਹੈਗਾ ਤੇ ਉਸਦੇ ਵਿੱਚ ਬੱਚਾ ਜਾ ਕੇ ਆਪਣੀ PR ਇਜ਼ੀਲੀ ਅਪਲਾਈ ਕਰ ਸਕਦਾ, ਉਹਦੇ ਤੇ ਕੋਈ ਵੀ ਇਫੈਕਟ ਨਹੀਂ ਪੈਣ ਵਾਲਾ, ਠੀਕ ਹੈ, ਉਹ ਚੀਜ਼ ਦਾ ਕੋਈ ਲੋਸ ਨਹੀਂ ਹੈਗਾ ਬੱਚੇ ਨੂੰ ਜੇ ਉਹ ਕਰ ਵੀ ਲੈਂਦਾ ਸਟੱਡੀ। ਤੇ ਮੈਨੂੰ ਦੱਸੋ ਤੁਸੀਂ ਕਿੰਨੀ ਆਸ ਸਟੱਡੀ ਸੋਰੀ ਪਲੱਸ ਬੱਚੇ ਨੂੰ ਫ੍ਰੀ ਲੈਪਟਾਪ ਦਿੱਤਾ ਜਾ ਰਿਹਾ, ਜਿਹੜਾ ਬੱਚਾ ਸਾਡੇ ਨਾਲ ਸਪਟੈਂਬਰ ਇੰਟੇਕ ਸ਼ੁਰੂ ਕਰ ਰਿਹਾ ਉਹਨੇ ਫ੍ਰੀ ਲੈਪਟਾਪ ਦਿੱਤਾ ਜਾਏਗਾ ਤਾਂ ਜੋ ਆਪਣੀ ਜਿਹੜੀ ਅਕੈਡਮਿਕ ਤੋਂ ਆਨਲਾਈਨ ਕਰ ਸਕੇ ਤਾਂ ਹਰ ਬੱਚੇ ਨੂੰ ਹਰ ਕੰਟਰੀ ਜਿੱਥੇ ਵੀ ਹੋਮ ਜਿਹੜੀ ਹੋਮ ਕੰਟਰੀ ਹੈ ਇੰਡੀਆ ਨੂੰ ਇੰਡੀਆ ਦੇ ਵਿੱਚ ਪਹੁੰਚਦਾ ਹੋ ਜਾਏਗਾ। ਠੀਕ ਹੈ, ਬੜੀ ਅੱਛੀ ਗੱਲ। ਕਿਹੜਾ ਲੈਪਟਾਪ ਦੋਗੇ ਸਰ? ਮੈਂ ਨਾ ਬ੍ਰਾਂਡ ਨਹੀਂ ਦੱਸ ਸਕਦਾ ਪਰ ਸਪੈਸੀਫਿਕੇਸ਼ਨ ਜਿਹੜੀਆਂ ਨੇ ਸੋਲਿਡ ਸਟੇਟ ਡਰਾਈਵ ਹੋਏਗੀ ਤੇ i8 ਹੋਏਗਾ ਤੇ ਇੱਕ ਵਧੀਆ ਫੈਂਸੀ ਅੱਜ ਦਾ ਨਵਾਂ ਮਾਡਲ ਹੈਗਾ ਤੇ ਬ੍ਰਾਂਡ ਮੈਂ ਨਹੀਂ ਦੱਸ ਸਕਦਾ, ਉਹ ਬ੍ਰਾਂਡ ਜਿਹੜੇ ਨੇ ਉਹ ਇਕੱਠੀ ਬਲਕ ਦੇ ਵਿੱਚ ਆ ਰਹੇ ਨੇ ਤੇ ਸਾਰੇ ਬੱਚਿਆਂ ਨੂੰ ਡਿਸਟ੍ਰੀਬਿਊਟ ਕਰ ਦਿੱਤੇ ਜਾਣਗੇ। ਬਹੁਤ ਵਧੀਆ ਗੱਲ ਹੈ, ਸਾਰੇ ਕਾਲਜਿਸ ਨੇ ਤੇ ਨਹੀਂ ਸਟਾਰਟ ਕੀਤਾ ਹੈਗਾ ਵਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਲੈਪਟਾਪ ਬੱਚੇ ਨੂੰ ਫ੍ਰੀ ਮਿਲ ਰਿਹਾ ਹੈਗਾ ਜਿਹੜਾ ਕਿ ਇੱਥੇ ਪਰਚੇਸ ਕਰਨਾ ਪੈਣਾ ਸੀ ਉਹਨੂੰ। ਤੇ ਕਿੰਨੇ ਆਸ ਸਟੱਡੀ ਹੋਈ ਔਰ ਕਿੰਨੇ ਵਰਕਿੰਗ ਡੇਸ ਲੱਗ ਰਹੇ ਜਿਹੜੇ ਆਨਲਾਈਨ ਸਟੱਡੀ ਕਰ ਰਹੇ ਨੇ ਸਟੂਡੈਂਟਸ ਇੰਡੀਆ 'ਚ? ਦੇਖੋ ਜੀ, ਸਾਡੇ ਆਨਲਾਈਨ ਪੜ੍ਹਾਈ ਜਿਵੇਂ ਸਾਡੀ ਇਨ ਕੈਂਪਸ ਪੜ੍ਹਾਈ ਔਨ ਕੈਂਪਸ ਉੱਥੇ ਹੁੰਦੀ ਹੈ ਸੇਮ ਹੋਏਗੀ, 3 days ਵੀਕ ਕਲਾਸਿਸ ਹੋਣਗੀਆਂ ਤੇ ਅਸੀਂ ਕਿਉਂਕਿ ਸਾਡੇ ਵਰਲਡ ਵਾਈਡ ਸਟੂਡੈਂਟਸ ਹੁੰਦੇ ਨੇ ਸਾਨੂੰ ਫਿਰ ਉਹ ਮੀਡੀਅਮ ਲੱਭਣਾ ਪੈਣਾ ਸੀ ਤਾਂ ਅਸੀਂ ਜੋ ਲੱਭਿਆ ਹੈ ਇੰਡੀਆ ਦੀ ਗੱਲ ਕਰ ਇੰਡੀਆ ਦੇ ਬੱਚਿਆਂ ਲਈ ਤਾਂ ਹੁਣ ਜਿਹੜੇ ਬੱਚੇ ਕਰ ਰਹੇ ਹੈ ਉਹ 2 ਘੰਟੇ 2 classes ਉਹਨਾਂ ਦੀ ਸੋਰੀ ਆਨਲਾਈਨ ਹੁੰਦੀਆਂ ਨੇ ਤੇ 2 classes ਉਹਨਾਂ ਦੀਆਂ ਈਵਨਿੰਗ ਹੁੰਦੀਆਂ ਨੇ, 3 to 4 hours ਮਾਰਨਿੰਗ ਹੁੰਦੀ ਹੈ, 3 to 4 hours ਈਵਨਿੰਗ ਹੁੰਦੇ ਨੇ। ਬਹੁਤ ਅਰਲੀ ਮਾਰਨਿੰਗ ਨਹੀਂ ਸੀ ਕਰਾਉਂਦੇ ਬੱਚਿਆਂ ਨੂੰ, ਰਾਤੇ ਸਾਡੇ ਇੰਸਟਰਕਟਰ ਸਵੇਰੇ 4:30-5 ਉੱਠ ਕੇ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਸ਼ਾਮ ਨੂੰ ਸਵੇਰ ਦਾ ਬੱਚਿਆਂ ਦਾ ਇੰਡੀਆ ਟਾਈਮ ਕੁਛ ਅਰਾਊਂਡ ਕਈ ਵਾਰੀ ਹੁੰਦਾ ਹੈ 8 to 10, 12 to 2, ਕਈ ਵਾਰੀ 7 o'clock, ਕਈ ਵਾਰੀ 9 o'clock, ਉਹ ਡਿਫਰੈਂਟ ਕਲਾਸਿਸ ਡਿਫਰੈਂਟ ਡੇਜ਼ ਦੀਆਂ ਨੇ। ਸੋ 3 days a week ਕਲਾਸਿਸ ਹੁੰਦੀਆਂ ਨੇ ਤੇ ਅਰਾਊਂਡ 4 ਜਿਹੜੇ ਨੇ ਜਿਹੜੇ ਆਵਰ ਸੋਰੀ 4 ਜਿਹੜੀਆਂ ਸਬਜੈਕਟਸ ਪੜ੍ਹਾਏ ਜਾਂਦੇ ਨੇ 2 ਸਵੇਰੇ 2 ਸ਼ਾਮ ਨੂੰ। ਐਗਜੈਕਟਲੀ ਕਾਲਜ ਕਿੱਥੇ ਲੋਕੇਟਡ ਹੈਗਾ ਤਾਂ ਕਿ ਉੱਥੇ ਲਾਗੇ ਲਾਗੇ ਬੱਚਿਆਂ ਨੂੰ ਜੋਬਸ ਵਗੈਰਾ ਕਰਨ ਦੀ ਕੀ ਆਸਾਨੀ ਹੋ ਸਕਦੀ ਹੈ ਔਰ ਕਿਸ ਟਾਈਪ ਦੀ ਜੋਬਸ ਉੱਥੇ ਮਿਲ ਸਕਦੀਆਂ ਨੇ, ਕੋਈ ਡਾਊਨਟਾਊਨ ਹੈ ਕਿੱਥੇ ਹੈ ਕਿੱਥੇ ਐਗਜੈਕਟਲੀ ਹੈ? ਜੀ, 2 ਸ਼ਹਿਰ ਬੱਚਿਆਂ ਨੇ ਜ਼ਰੂਰ ਸੁਣੇ ਹੁੰਦੇ ਨੇ, ਵੈਨਕੂਵਰ ਤੇ ਸਰੀ, ਤੇ ਉਹ ਦੋਨਾਂ ਸ਼ਹਿਰਾਂ ਦੇ ਬਿਲਕੁਲ ਵਿੱਚ ਵਿਚਾਲੇ ਸਾਡਾ ਜਿਹੜਾ ਕਾਲਜ ਹੈ ਨਿਊ ਵੈਸਟਮਿੰਸਟਰ ਸ਼ਹਿਰ ਪੈਂਦਾ, ਆ ਮੇਰੇ ਪਿੱਛੇ ਲਿਖਿਆ ਹੋਇਆ। ਇਹ ਬੱਚਿਆਂ ਨੂੰ ਜ਼ਿਆਦਾਤਰ ਪਤਾ ਨਹੀਂ ਹੁੰਦਾ, ਇਸ ਕਰਕੇ ਪਹਿਲਾਂ ਮੈਂ ਵੈਨਕੂਵਰ ਦੇ ਸਰੀ ਦਾ ਨਾਮ ਲਿਆ। ਵੈਨਕੂਵਰ ਤੋਂ ਸਰੀ ਜਾਂਦੇ ਹੋਏ ਰਸਤੇ 'ਚ ਪਹਿਲਾਂ ਨਿਊ ਵੈਸਟਮਿੰਸਟਰ ਤੁਹਾਨੂੰ ਥੱਲੇ ਦੇਖੇਗਾ ਇੱਕ ਬਹੁਤ ਵੱਡਾ ਬਹੁਤ ਮਸ਼ਹੂਰ ਪੁੱਲ ਹੈ ਜਿਹੜਾ ਪੰਜਾਬੀ ਗਾਣੇ ਦੇ ਵਿੱਚ ਬਹੁਤ ਆਉਂਦਾ ਹੈ, ਤੇ ਉਹਦੇ ਵਿੱਚ ਤੁਸੀਂ ਨੀਚੇ ਦੇਖੋਗੇ ਤਾਂ ਬਹੁਤ ਵੱਡਾ W ਲਿਖਿਆ ਹੁੰਦਾ। ਤਾਂ ਅਸੀਂ ਇੱਕ ਬਹੁਤ ਵਧੀਆ ਪੁਆਇੰਟ ਹੈ ਨਿਊ ਵੈਸਟਮਿੰਸਟਰ ਦਾ ਕਿ ਅਸੀਂ ਜਿਹੜੇ ਮੇਜਰ ਸਿਟੀਜ਼ ਨੇ ਜਿਹਨੂੰ ਆਪਾਂ ਲੋਅਰ ਮੇਨਲੈਂਡ ਕਹਿ ਦਿੰਦੇ ਹਾਂ, ਜਿਹਦੇ 'ਚ ਲੈਂਗਲੀ ਆ ਜਾਂਦਾ, ਵੈਨਕੂਵਰ ਆ ਜਾਂਦਾ, ਰਿਚਮਨ, ਡੈਲਟਾ, ਬਰਨਬੀ, ਸਾਰੇ ਜਿਹੜੇ ਵੀ ਹੈਗੇ ਨੇ ਸਰੀ, ਇਹਨਾਂ ਸੈਂਟਰ ਪੁਆਇੰਟ ਜਿਹੜਾ ਹੈਗਾ ਉਹ ਨਿਊ ਵੈਸਟਮਿੰਸਟਰ ਹੈ ਤੇ ਹਰ ਜਿਹੜੀ ਜਗ੍ਹਾ ਉਹ ਬੜੀ ਹੀ ਕਲੋਜ਼ ਹੈ, ਨੀਅਰ ਬਾਈ ਹੈ। ਵੈਨਕੂਵਰ ਤੋਂ ਕਿੰਨੇ ਕਿਲੋਮੀਟਰ ਦੂਰ ਹੈਗਾ ਇਹ ਕਾਲਜ? ਵੈਨਕੂਵਰ ਤੋਂ ਗੱਡੀ ਦੇ ਵਿੱਚ ਘੱਟੋ ਘੱਟ 20 ਮਿੰਟ ਦੀ ਡਰਾਈਵ ਹੈ। ਸੋ ਵੈਨਕੂਵਰ ਡਾਊਨਟਾਊਨ ਤੋਂ ਜੇ ਆਪਾਂ
देखो जी, ऑब्वियसली इंडिया इज अ ह्यूज मार्केट फॉर कैनेडा राइट नाउ. इंडिया के बच्चे बहुत कैनेडा जाने फिरते हैं, इस करके मैक्सिमम बच्चे साढ़े को इंडिया तो ही है. अराउंड 70% बच्चे साढ़े को इंडियन स्टूडेंट पढ़ रहे हैं. उस तो बाद साढ़े को ब्राजीलियंस ने, श्रीलंकन्स ने, साढ़े को यूक्रेन तो बच्चे आते हैं, साढ़े को 40+ कंट्रीज तो बच्चे आते हैं बेसिकली. कितने तो सबसे परसेंट ज्यादा में बच्चा इंडिया था. इंडिया स्टूडेंट्स कितने परसेंट पढ़ रहे थे? राइट नाउ फॉर अराउंड 65-70% बच्चा इंडिया साढ़े को पढ़ रहा है. अदर देन साडा मैं गल कर रहा हूँ इंटरनेशनल बच्चों की, सिर्फ इंटरनेशनल बच्चों के 70% बच्चा पढ़ रहा है. ओवरऑल साढ़े को इस टाइम डोमैसटिक बच्चा ज्यादा है, बिकॉज असं डोमैसटिक बच्चों से हूं तक पढ़ाते आ रहे थे. 2019 सितंबर के असं जो है पार्टनरशिप जो कंसल्टेंट पार्टनरशिप मॉडल से काम करना शुरू किया है, तो साढ़े को बहुत बच्चा जो है थोड़े वर्गे वधिया पार्टनर के थ्रू आया है हूँ वर्ल्ड वाइड कंट्रीज तो. अदरवाइज साढ़े को डोमैसटिक बच्चा बहुत ज्यादा है. एक बहुत वधिया बैलेंस रहा है बच्चों, क्योंकि उसे जाके जे कला बच्चा अपने ही पंजाबी या इंडियन बच्चे दे विच रहे उन्हों हो एक्सप्लोर करने का मौका नहीं मिलता. इस करके असं बैलेंस रख के चलते हैं, साढ़े को डोमैसटिक बच्चा जिन्ना है उन्ना किसी इंटरनेशनल बच्चा रखिए. ਤੁਹਾਡੇ ਕਾਲਜ ਵੱਲੋਂ ਕੋਈ ਅਕੋਮੋਡੇਸ਼ਨ, ਕੋਈ ਏਅਰਪੋਰਟ ਪਿਕਅਪ ਫ੍ਰੀ ਹੋਵੇ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਅਗਰ ਹੈਗੀ ਹੈ ਤੁਸੀਂ ਇੱਥੇ ਦੱਸ ਸਕਦੇ ਹੋ? ਜੀ, ਅਸੀਂ ਗਵਰਨਮੈਂਟ ਅਪਰੂਵਡ ਜਿਹੜੇ ਹੋਮ ਸਟੇਜ ਨੇ ਉਹਨਾਂ ਦਾ, ਜਿਹੜੀ ਕੁਝ ਕੰਪਨੀਜ਼ ਨੇ ਵੈਨਕੂਵਰ ਦੇ ਵਿੱਚ, ਉਹਨਾਂ ਸਾਡੇ ਪ੍ਰੋ ਪੁਰਾਣੇ ਟਾਈਪ ਚੱਲਦੇ ਆ ਰਹੇ ਨੇ. ਅਸੀਂ ਉਹ ਥਰਡ ਪਾਰਟੀਜ਼ ਨੂੰ ਅਸੀਂ ਜਿਹੜਾ ਹੈ ਆਊਟਸੋਰਸ ਕਰਦੇ ਹਾਂ ਚੀਜ਼ਾਂ, ਤਾਂ ਜੋ ਬੱਚੇ ਨੂੰ ਕੋਈ ਦਿੱਕਤ ਨਾ ਆਵੇ. ਅਤੇ ਇੱਕ ਪ੍ਰੋਫੈਸ਼ਨਲ ਕੰਮ, ਕਿਉਂਕਿ ਪ੍ਰੋਫੈਸ਼ਨਲ ਕੰਪਨੀਜ਼ ਨੇ ਦੇ ਡੂ ਦੈਟ, ਤਾਂ ਉਹਨਾਂ ਦੇ ਏਅਰਪੋਰਟ ਪਿਕਅਪ ਵੀ ਹੁੰਦੇ ਨੇ, ਉਹਨਾਂ ਕੋਲ ਹੋਮ ਸਟੇਜ਼ ਵੀ ਹੁੰਦੇ ਨੇ, ਉਹਨਾਂ ਕੋਲ ਪੇਇੰਗ ਗੈਸਟ ਦੀ ਤਰ੍ਹਾਂ ਤੇ ਰਹਿਣ ਲਈ ਉਹਨਾਂ ਕੋਲ ਅਪਾਰਟਮੈਂਟ ਵੀ ਨੇ. ਤਾਂ ਬੱਚਾ ਇੰਡੀਆ ਫਲਾਈ ਕਰਨ ਤੋਂ ਘੱਟ 3 weeks to 4 weeks ਪਹਿਲਾਂ ਸਾਨੂੰ ਈਮੇਲ ਲਿਖ ਕੇ ਦੱਸ ਸਕਦਾ ਕਿ ਮੈਨੂੰ ਇੱਕ ਏਅਰਪੋਰਟ ਪਿਕਅਪ ਚਾਹੀਦਾ ਜਾਂ ਮੈਨੂੰ ਹੋਮ ਸਟੇ ਚਾਹੀਦਾ. ਅਸੀਂ ਉਹਨਾਂ ਨੂੰ ਫਿਰ ਸਾਡੇ ਜਿਹੜੇ ਪਾਰਟਨਰਸ ਨੇ ਜਿਹੜੇ ਕੰਪਨੀ ਹੈ ਉਹਨਾਂ ਨਾਲ ਅਸੀਂ ਟਾਈਪ ਕਰਾ ਕੇ ਗੱਲ ਕਰਵਾ ਦਿੰਦੇ ਹਾਂ. ਤਾਂ ਜੋ ਵੀ ਬੱਚੇ ਨੂੰ ਪਸੰਦ ਆਉਂਦਾ, ਜਿਹੜੀ ਫੈਮਿਲੀ ਨਾਲ ਰਹਿਣਾ, ਇੰਡੀਅਨ ਫੈਮਿਲੀ ਨਾਲ ਰਹਿਣਾ, ਗੁਜਰਾਤੀ ਫੈਮਿਲੀ ਨਾਲ ਰਹਿਣਾ, ਤਮਿਲ ਫੈਮਿਲੀ ਨਾਲ ਰਹਿਣਾ ਜਾਂ ਬ੍ਰਾਜ਼ੀਲੀਅਨ ਫੈਮਿਲੀ ਨਾਲ ਰਹਿਣਾ, ਚਾਈਨੀਜ਼ ਫੈਮਿਲੀ ਨਾਲ ਰਹਿਣਾ, ਉਹ ਬੱਚਾ ਪਿੱਕ ਕਰ ਸਕਦਾ. ਤੇ ਆਪ ਇਕੱਲੇ ਨੇ ਰਹਿਣਾ, ਅਪਾਰਟਮੈਂਟ ਲੈਣਾ, ਉਹ ਵੀ ਪਿੱਕ ਕਰ ਸਕਦਾ. ਉਹ ਜਿਹੜਾ ਹੈ ਟਾਈਪ ਉਹਨਾਂ ਨਾਲ ਚੱਲਦਾ. ਸਰ ਤੇ ਚਾਰਜਸ ਪੇ ਕਰਨੇ ਪੈਣੇ ਸਟੂਡੈਂਟਸ ਨੂੰ? ਉਹ ਡਿਪੈਂਡ ਕਰਦਾ ਹੈ, ਕਈ ਵਾਰੀ ਡਿਪੈਂਡ ਕਰਦਾ, ਬੱਚਾ ਕਹਿੰਦਾ ਨਹੀਂ ਮੈਨੂੰ ਇਕੱਲੇ ਨੂੰ ਹੀ ਚਾਹੀਦਾ, ਜਾਂ ਮੇਰੇ ਨਾਲ 5 ਬੱਚੇ ਹੋਰ ਆ ਰਹੇ ਨੇ ਤਾਂ $20 ਰਹਿ ਜਾਂਦੇ ਨੇ. ਜੇ ਇਕੱਲਾ ਜਾ ਰਿਹਾ 75-80 ਬਣ ਸਕਦਾ. ਡਿਪੈਂਡ ਕਰਦਾ ਵੀ ਕਿੰਨਾ ਬੱਚੇ ਨੂੰ ਪੇ ਕਰਨਾ ਪੈਣਾ ਉਹ ਡੇਟ ਦੇ ਅਕੋਰਡਿੰਗਲੀ, ਜਾਂ ਕਿੰਨੇ ਬੱਚੇ ਇਕੱਠੇ ਜਾ ਰਹੇ ਹੈ ਇੱਥੋਂ, ਜਾਂ ਉਹ ਆਪ ਹੀ ਦੱਸ ਦਿੰਦੇ ਅਸੀਂ ਇੰਨੇ ਤਰੀਕ ਨੂੰ 9 ਵਜੇ ਪਹਿਲਾਂ ਹੀ ਪਿਕਅਪ ਕਰਨ ਜਾ ਰਹੇ ਹਾਂ ਬੱਚਿਆਂ ਨੂੰ ਇੰਡੀਆ ਤੋਂ, ਤਾਂ ਤੁਸੀਂ ਵੀ ਉਹ ਫਲਾਈਟ ਬੁੱਕ ਕਰ ਲਓ, ਤਾਂ ਜੋ ਤੁਸੀਂ ਨਾਲ ਹੀ ਆ ਜਾਓ, ਤੁਹਾਨੂੰ ਜਿਹੜਾ ਹੈ ਚਾਰਜਸ ਬਹੁਤ ਘੱਟ ਲੱਗਣਗੇ. ਫਿਰ ਸਰ ਕਿੰਨੇ ਦਿਨ ਕਲਾਸਿਸ ਹੋਣਗੀਆਂ ਇੱਥੇ, ਜਾਂ ਜਿਵੇਂ ਕਿ ਕੁਝ ਆਵਰਸ ਹੁੰਦੇ ਨੇ ਉਹਨਾਂ ਨੂੰ ਅਸੀਂ ਕੰਪਲੀਟ ਕਰਨਾ ਤਾਂ ਭਾਵੇਂ 3 ਦਿਨ 'ਚ ਖਤਮ ਕਰ ਦਈਏ ਜਾਂ 4 ਦਿਨ 'ਚ ਖਤਮ ਕਰ ਦਈਏ, ਡਿਪੈਂਡ ਕਰਦਾ ਸਟੂਡੈਂਟ ਤੇ ਕਿ ਕਿਹੜੇ ਕਿਹੜੇ ਦਿਨ ਦੀ ਕਲਾਸਿਸ ਉਹ ਲੈਣਾ ਚਾਹੁੰਦੇ ਨੇ? ਕੁਝ ਇਸ ਤਰ੍ਹਾਂ ਦਾ ਸਿਸਟਮ ਹੈਗਾ ਇਸ ਕਾਲਜ ਦਾ? ਸਾਡੀ 3 ਡੇਜ਼ ਵੀਕ ਕਲਾਸਿਸ ਹੁੰਦੀਆਂ ਨੇ, ਤੇ ਅਸੀਂ ਜਿਹੜੀ ਕਲਾਸਿਸ ਕਰ ਰਹੇ ਹਾਂ ਮੰਡੇ ਟਿਊਜ਼ਡੇ ਵੈਨਸਡੇ ਪੜ੍ਹਾ ਰਹੇ ਹਾਂ ਫਿਲਹਾਲ. ਤੇ ਮੰਡੇ ਟਿਊਜ਼ਡੇ ਵੈਨਸਡੇ ਹੀ ਚੱਲ ਰਹੀਆਂ ਨੇ, ਤੇ ਜਿਵੇਂ ਔਨ ਕੈਂਪਸ ਸਾਡੀ ਜਦੋਂ ਪਹਿਲਾਂ ਚੱਲਦੀਆਂ ਸੀ ਕੋਵਿਡ ਤੋਂ ਪਹਿਲਾਂ, ਸਾਡੀਆਂ ਮਾਰਨਿੰਗ ਟੂ ਮਿਡ ਆਫਟਰਨੂਨ, ਮਿਡ ਅਰਲੀ ਈਵਨਿੰਗ, ਸਾਡੀਆਂ ਅਰਾਊਂਡ 7 to 8 hours ਦੀ ਇੱਕ ਦਿਨ ਦੀ ਕਲਾਸ ਹੁੰਦੀ ਹੈ. ਇੱਕ ਦਿਨ ਦੀ ਕਲਾਸਿਸ ਹੁੰਦੀਆਂ ਨੇ, ਤੇ 3 ਦਿਨ ਹੁੰਦੀਆਂ ਨੇ ਮੰਡੇ ਟਿਊਜ਼ਡੇ ਵੈਨਸਡੇ. ਤੇ ਬੱਚਾ ਬਾਕੀ ਟਾਈਮ ਉਤਨਾ ਜਿਹੜਾ ਹੈਗਾ ਕੰਮ ਵੀ ਕਰ ਸਕਦਾ 20 hours. ਈਵਨ ਸਾਡੇ ਕੋਲ ਇੱਕ ਬਹੁਤ ਵਧੀਆ ਸਰਵਿਸਿੰਗ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਜੋਬ ਸਪੋਰਟ, ਸਾਡਾ ਜਿਹੜਾ ਸਟਾਫ ਹੈ ਤੇ ਉਹ ਡੈਡੀਕੇਟਡ ਕਰੀਅਰ ਸੈੱਲ ਹੈ ਸਾਡਾ, ਜਿਹੜਾ ਬੱਚਿਆਂ ਦਾ ਈਵਨ 20 hours ਜਿਹੜਾ ਆਫ ਕੈਂਪਸ ਬੱਚੇ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ. ਉਹਦੇ ਵਿੱਚ ਪਹਿਲੇ ਦਿਨ ਤੋਂ ਅਸੀਂ ਬੱਚਿਆਂ ਦੇ ਰੈਜ਼ੂਮੇ ਤਿਆਰ ਕਰਕੇ ਓਰੀਐਂਟੇਸ਼ਨ ਵਾਲੇ ਦਿਨ ਵੀ ਬੱਚਿਆਂ ਨੂੰ ਸਾਡੀ ਕੰਪਨੀ ਨਾਲ ਕਨੈਕਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਤਾਂ ਜੋ ਪਹਿਲੇ ਮਹੀਨੇ ਦੇ ਵਿੱਚ ਉਹਨਾਂ ਨੂੰ ਆਡ ਜੋਬ ਦੀ ਲੋੜ ਨਾ ਪਵੇ, ਕੈਸ਼ ਜੋਬ ਕਰਨ ਦੀ ਲੋੜ ਨਾ ਪਵੇ, ਆਪਣੇ ਫੀਲਡ ਦੀ ਜੋਬ ਮਿਲ ਸਕੇ. ਇਹ ਸਾਡਾ ਇੱਕ ਬਹੁਤ ਵੱਡਾ ਜਿਹੜਾ ਹੈ ਅਸੀਂ ਫੋਕਸ ਕਰਦੇ ਹਾਂ, ਤਾਂ ਹੀ ਕਰੀਅਰ ਕਾਲਜ ਕਹਾਂਦੇ ਹਾਂ. ਸਰ ਇੰਨੀਆਂ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ ਜਿਹੜੀਆਂ ਕਿ ਸ਼ਾਇਦ ਕਿਸੇ ਕਾਲਜਿਸ ਦੇ ਵਿੱਚ ਇੰਨੀਆਂ ਨਹੀਂ ਹੁੰਦੀਆਂ ਨੇ. ਮੈਂ ਤੇ ਬਹੁਤ ਸੈਟੀਸਫਾਈ ਹੋਈ ਆ ਸਾਰੀਆਂ ਗੱਲਾਂ ਸੁਣ ਕੇ ਕਿ ਇੰਨੀ ਸਾਰੀ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਮਿਲ ਰਹੀਆਂ ਨੇ. ਇੱਕ ਚੀਜ਼ ਮੈਂ ਦੱਸ ਚਾਹੂੰਗਾ, ਸੋ ਸੋਰੀ, ਦੇਖੋ ਜਿਵੇਂ ਤੁਹਾਨੂੰ ਸਟਾਰਟਿੰਗ ਸਰ ਹਰ ਕਾਲਜ ਵਧੀਆ ਹੁੰਦਾ ਰਾਈਟ, ਹਰ ਕਾਲਜ ਕੋਲ ਸਰਵਿਸਿਸ ਹੁੰਦੀਆਂ ਨੇ ਤੇ ਹਰ ਕਾਲਜ ਜਿਹੜਾ ਹੈ ਪਲੇਟਫਾਰਮ ਪ੍ਰੋਵਾਈਡ ਕਰਦਾ. ਇੱਕ ਇਸ਼ੂ ਇਹ ਹੈ ਕਿ ਹਰ ਬੱਚਾ ਇਨਫੋਰਮਡ ਨਹੀਂ ਹੁੰਦਾ, ਤੇ ਕੋਡ ਕੋਰ ਦਾ ਸਾਡਾ ਸਰਵਿਸਿਸ ਪ੍ਰੋਵਾਈਡ ਕਰਨ ਤੋਂ ਇੱਕ ਵੱਡਾ ਜਿਹੜਾ ਇੱਕ ਸਾਡਾ ਜਿਹੜਾ ਅਸੀਂ ਜੋ ਸਟੈਪ ਚੱਕਦੇ ਹਾਂ ਉਹ ਇਹ ਕਿ ਬੱਚਾ ਇਨਫੋਰਮਡ ਰਹੇ. ਇਨਫੋਰਮ ਦਾ ਮਤਲਬ ਬੱਚੇ ਨੂੰ ਆਪਣੀਆਂ ਆਪਸ਼ਨਸ ਪਤਾ ਹੋਣ, ਤਾਂ ਹੀ ਅਸੀਂ ਉਹਨੂੰ ਹੈਲਪ ਕਰ ਪਾਵਾਂਗੇ. ਕਈ ਵਾਰੀ ਕੀ ਹੁੰਦਾ ਅਸੀਂ ਲਿਖ ਕੇ ਦੇਤਾ ਇੱਕ ਪ੍ਰੋਸਪੈਕਟਸ ਦੇ ਵਿੱਚ ਜਿਵੇਂ ਕਿ ਆਹ ਸਰਵਿਸਿਸ ਆਹ ਹੈ ਇੱਦਾਂ ਇੱਦਾਂ, ਪਰ ਬੱਚੇ ਨੇ ਉਹ ਪੜ੍ਹੀਆਂ ਨਹੀਂ ਪੜ੍ਹੀਆਂ, ਅਸੀਂ ਅਜ਼ਿਊਮ ਕਰਕੇ ਬਹਿ ਜਾਈਏ ਵੀ ਪੜ੍ਹ ਲਿਆ ਹੋਊਗਾ ਬੱਚਾ, ਆਪ ਆ ਕੇ ਪੁੱਛੂਗਾ, ਤੇ ਉਹ ਅਸੀਂ ਵੇਟ ਨਹੀਂ ਕਰਦੇ. ਅਸੀਂ ਪਹਿਲੇ ਦਿਨ ਤੋਂ ਹੀ ਇਹ ਸ਼ੁਰੂ ਕਰ ਦਿੰਦੇ ਹਾਂ. ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਕੋਲ ਆਪਣਾ ਇੰਪਲੋਇਬਿਲਟੀ ਸੈਂਟਰ ਹੈ ਜਿਹੜਾ ਬੱਚਿਆਂ ਨੂੰ ਜੋਬਸ ਲੱਭਣ ਵਿੱਚ ਹੈਲਪ ਕਰਦਾ ਡੇ 1 ਤੋਂ, ਤੇ ਜੋਬਸ ਹੈਗੀਆਂ ਨੇ. ਬੱਚਾ ਜਾਂਦਾ ਹੀ ਨਹੀਂ 2-2, 3-3 ਮਹੀਨੇ ਰਾਈਟ. ਬੱਚਾ ਔਡ ਜੋਬ, ਕੈਸ਼ ਜੋਬ ਲੈ ਕੇ ਫਿਰ ਆਉਂਦਾ ਕਿ ਮੈਨੂੰ ਘੱਟ ਡਾਲਰਸ ਮਿਲਦੇ ਨੇ ਜੀ, ਮੈਨੂੰ ਤਾਂ ਕੈਸ਼ ਜੋਬ ਮਿਲਦੇ ਜੀ, ਮੇਰੇ ਤਾਂ ਐਕਸਪਲੋਇਟੇਸ਼ਨ ਹੋ ਰਹੀ ਹੈ ਜੀ. ਤਾਂ ਉਹ ਚੀਜ਼ਾਂ ਬੱਚਿਆਂ ਨੂੰ ਪਹਿਲੇ ਦਿਨ ਤੋਂ ਪਤਾ ਹੋਣ,
ਉਹ ਜਿਹੜੀ ਅੱਗੇ ਚੱਲ ਕੇ ਨੈਗੇਟਿਵਸ ਆਉਣੇ ਬੱਚੇ ਨੂੰ ਉਹ ਨਹੀਂ ਆਣਗੇ। ਇਹ ਸਾਡਾ ਮੇਨ ਮਕਸਦ ਰਹਿੰਦਾ ਹੈ ਫਰੋਮ ਡੇ ਵਨ, ਈਵਨ ਫਰੋਮ ਟੂਡੇ। ਦੈਟਸ ਵਾਈ ਆਮ ਗਿਵਿੰਗ ਯੂ ਆਲ ਦਿਸ ਇਨਫੋਰਮੇਸ਼ਨ ਕਿ ਬੱਚਿਆਂ ਕੋਲ ਪਹੁੰਚ ਸਕੇ ਕਿ ਕਿਸ ਤਰ੍ਹਾਂ ਦੇ ਪਲੇਟਫਾਰਮਸ ਅਵੇਲੇਬਲ ਨੇ, ਕਿਸ ਤਰ੍ਹਾਂ ਬੱਚਿਆਂ ਦੀ ਅਸੀਂ ਹੈਲਪ ਕਰ ਰਹੇ ਹਾਂ। ਕਿਉਂਕਿ ਜਿਹੜੀ ਮੈਂ ਪਹਿਲਾਂ ਹਮੇਸ਼ਾ ਕਹਿੰਦਾ, ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋ ਥਾਂ ਵੱਜਦੀ ਹੈ। ਅਸੀਂ ਤਾਂ ਸਪੋਰਟ ਦੇਣ ਨੂੰ ਤਿਆਰ ਹਾਂ। ਜੇ ਬੱਚਾ ਇਨਫੋਰਮਡ ਰਹੇਗਾ ਤਾਂ ਹੀ ਉਹ ਆਪਣਾ ਹੱਥ ਅੱਗੇ ਕਰੇਗਾ। ਬੱਚੇ ਨੂੰ ਪਤਾ ਨਹੀਂ ਹੋਏਗਾ ਉਹ ਗੱਲ, ਕੋਈ ਫਾਇਦਾ ਨਹੀਂ ਰਹਿਣਾ ਸਾਡੀ ਸਰਵਿਸਿਜ਼ ਦਾ। ਬਹੁਤ ਮਜ਼ਾ ਆਇਆ ਸਰ ਸਾਰੀ ਗੱਲਾਂ ਸੁਣ ਕੇ, ਇੰਨੀ ਇਨਫੋਰਮੇਟਿਵ ਅੱਜ ਦੀ ਜਿਹੜੀ ਹੈ ਕਿ ਲਾਈਵ ਸੈਸ਼ਨ ਹੈਗਾ ਨਾ, ਮੈਨੂੰ ਇੰਨਾ ਵਧੀਆ ਲੱਗਿਆ ਕਿ ਪੂਰੀ ਨੌਲੇਜ ਹੈ ਜਿਹੜੀ ਹੈਗੀ ਉਹ ਪ੍ਰੋਪਰਲੀ ਮੈਨੂੰ ਵੀ ਮਿਲ ਚੁੱਕੀ ਆ, ਔਰ ਜਿਹੜੇ ਮੇਰੇ ਜਿੰਨੇ ਵਿਊਅਰਸ ਨੇ ਜਿੱਥੇ ਵੀਡੀਓ ਜਾਏਗੀ ਜਿੱਥੇ ਜਿਸ ਪਲੇਟਫਾਰਮ ਤੇ ਉੱਥੇ ਵੀ ਲੋਕਾਂ ਨੂੰ ਬਹੁਤ ਸਾਰੀ ਨੌਲੇਜ ਮਿਲੇਗੀ। ਮੈਂ ਤਾਂ ਇਹ ਚਾਹੁੰਦੀ ਹਾਂ ਕਿ ਐਵਰੀ ਮੰਥ ਆਪਾਂ ਇੱਕ ਫੇਰ ਲਾਈਵ ਸੈਸ਼ਨ ਕਰਿਆ ਕਰੀਏ ਤੇ ਹੋਰ ਲੋਕਾਂ ਦੇ ਵਿੱਚ ਜਿਹੜੀ ਆ ਪੂਰੀ ਨੌਲੇਜ ਜਿਹੜੀ ਹੈਗੀ ਉਹ ਵੰਡੀਏ, ਤਾਂ ਕਿ ਲੋਕਾਂ ਨੂੰ ਈਜ਼ੀ ਹੋਪ ਆਵੇ ਸਟੂਡੈਂਟਸ ਨੂੰ ਕੋਟਕੋਰ ਕਾਲਜ ਵਿੱਚ ਐਡਮਿਸ਼ਨ ਲੈਣ ਲਈ। ਕਿਉਂਕਿ ਬਿਲਕੁਲ ਜੀ, ਮੈਂ ਆਪ ਇੰਨੀ ਬਰੀਫ ਬਰੀਫਲੀ ਇੰਨੀ ਐਕਸਪਲੇਨੇਸ਼ਨ ਜਾਂ ਇੰਨੀ ਬਰੀਫਲੀ ਇਨਫੋਰਮੇਸ਼ਨ ਨਹੀਂ ਮਿਲ ਪਾਉਂਦੀ ਹੈ ਸਟੂਡੈਂਟਸ ਨੂੰ, ਤੇ ਅੱਜ ਬਹੁਤ ਬਿਲਕੁਲ ਜੀ ਵਧੀਆ ਲੱਗਿਆ ਮੈਨੂੰ ਕਿ ਤੁਸੀਂ ਬਰੀਫਲੀ ਔਰ ਇੰਨੇ ਅੱਛੇ ਤਰੀਕੇ ਦੇ ਨਾਲ ਇੰਨੇ ਈਜ਼ੀ ਵੇ ਦੇ ਨਾਲ ਤੁਸੀਂ ਸਮਝਾਇਆ। ਅਸੀਂ ਪੂਰੀ ਕੋਸ਼ਿਸ਼ ਰਹਿੰਦੀ ਹੈ ਜੀ ਕਿ ਅਸੀਂ ਜਿਹੜੇ ਸਾਡੇ ਪਾਰਟਨਰਸ ਨੇ ਜਿਵੇਂ ਤੁਸੀਂ ਹੋ ਫਲਾਈ ਅਬਰਾਡ, ਅਸੀਂ ਤੁਹਾਡੇ ਥਰੂ ਜਿਹੜਾ ਬੱਚਾ ਆ ਰਿਹਾ ਹੈ, ਈਵਨ ਬੱਚੇ ਨੇ ਹਜੇ ਅਪਲਾਈ ਵੀ ਨਾ ਕੀਤਾ ਹੋਵੇ ਸਾਡੇ ਕਾਲਜ ਦੇ ਵਿੱਚ, ਪਰ ਬੱਚਾ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ, ਅਸੀਂ ਰੈਡੀਲੀ ਅਵੇਲੇਬਲ ਹਾਂ ਹਰ ਟਾਈਮ। ਤਾਂ ਹੀ ਤੁਹਾਡੇ ਜਿਹੜੇ ਕਾਉਂਸਲਰਸ ਨੇ ਅਸੀਂ ਉਹਨਾਂ ਨਾਲ ਜੁੜ ਕੇ ਰਹਿੰਦੇ ਹਾਂ, ਤਾਂ ਜੋ ਤੁਹਾਡੇ ਕਾਉਂਸਲਰਸ ਬੱਚੇ ਨਾਲ ਸਾਡੀ ਗੱਲ ਡਾਇਰੈਕਟਲੀ ਕਰਵਾ ਸਕਣ। ਮੈਂ ਇੱਥੇ ਵੀਡੀਓ ਦੇ ਰਾਹੀਂ ਵੀ ਬੱਚਿਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਉਹ ਬੱਚਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਡਾਇਰੈਕਟਲੀ, ਹੋਰ ਚੀਜ਼ਾਂ ਬਾਰੇ ਆਪਣੀ ਪ੍ਰੋਫਾਈਲ ਬਾਰੇ ਗੱਲ ਕਰਨਾ ਚਾਹੁੰਦਾ, ਤਾਂ ਸਿਰਫ ਉਹਨੇ ਇੱਕੋ ਹੀ ਕੰਮ ਕਰਨਾ, ਫੋਨ ਚੱਕ ਕੇ ਤੁਹਾਨੂੰ ਜਿਹੜਾ ਹੈ ਕਾਲ ਕਰਨੀ ਹੈ, ਤੇ ਤੁਸੀਂ ਜਿਹੜੇ ਬੱਚੇ ਨੂੰ ਮੇਰੇ ਨਾਲ ਕੌਨ ਕਾਲ ਤੇ ਜਾਂ ਇਸ ਤਰ੍ਹਾਂ ਦੇ ਵੀਡੀਓ ਪਲੇਟਫਾਰਮ ਤੇ ਗੱਲ ਕਰਵਾ ਸਕਦੇ ਹੋ। ਗੂਗਲ ਮੀਟ, ਜ਼ੂਮ, ਹੁਣ ਤਾਂ ਇੰਨੀ ਟੈਕਨੋਲੋਜੀ ਆ ਗਈ ਹੈ ਕਿ ਘਰੇ ਬੈਠੇ ਦੁਨੀਆਂ ਦੇ ਕਿਤੇ ਵੀ ਬੈਠ ਕੇ ਗੱਲ ਕਰ ਸਕਦੇ ਹਾਂ। ਤੁਸੀਂ ਬੱਚਿਆਂ ਨੂੰ ਕਾਉਂਸਲਿੰਗ ਕਰਨ ਲਈ ਰੈਡੀ ਹਾਂ, ਤੇ ਬਹੁਤ ਤਰੀਕੇ ਨਾਲ ਹਰ ਬੱਚੇ ਦੀ ਪ੍ਰੋਫਾਈਲ ਡਿਫਰੈਂਟ ਹੈ, ਇਸ ਕਰਕੇ ਹਰ ਪ੍ਰੋਗਰਾਮ ਇੱਕ ਤਰ੍ਹਾਂ ਨਹੀਂ ਚੱਲਦਾ। ਗੁੱਡ ਥਿੰਗ ਅਬਾਊਟ ਕੋਟਕੋਰ ਇਜ਼ ਹੈਵਿੰਗ ਯੂਨੀਵਰਸਿਟੀ ਟ੍ਰਾਂਸਫਰ ਪ੍ਰੋਗਰਾਮ, ਹਰ ਪ੍ਰੋਗਰਾਮ ਦੀ ਡਿਫਰੈਂਟ ਡਿਫਰੈਂਟ ਆਪਸ਼ਨਸ ਨੇ, ਤੇ ਇਸ ਕਰਕੇ ਬੱਚੇ ਦੀ ਪ੍ਰੋਫਾਈਲ ਇੱਕ ਕਿਸੇ ਹੋਰ ਆਪਸ਼ਨ ਲਈ ਵਧੀਆ ਰਹੇਗੀ, ਕਿਸੇ ਹੋਰ ਬੱਚੇ ਦੀ ਪ੍ਰੋਫਾਈਲ ਕਿਸੇ ਹੋਰ ਆਪਸ਼ਨ ਲਈ ਵਧੀਆ ਰਹੇਗੀ। ਉਹ ਕਿਵੇਂ ਰਹੇਗੀ? ਉਹ ਬੱਚੇ ਨੂੰ ਦੱਸਣਾ ਬਹੁਤ ਜ਼ਰੂਰੀ ਹੈ, ਅਸੀਂ ਡੇ ਵਨ ਤੋਂ ਜਿਹੜਾ ਬੱਚੇ ਨੂੰ ਇਨਫੋਰਮਡ ਰੱਖਦੇ ਹਾਂ, ਆਪਸ਼ਨ ਦੇ ਕੇ ਰੱਖਦੇ ਹਾਂ, ਤਾਂ ਜੋ ਉਹ ਪ੍ਰੀ ਪਲੈਨਿੰਗ ਕਰਕੇ ਜਾ ਸਕੇ, ਉੱਥੇ ਜਾ ਕੇ ਉਹਨੂੰ ਸੋਚਣਾ ਨਾ ਪਵੇ ਕਿ ਮੈਂ ਕੀ ਕਰਾਂ, ਇੱਥੋਂ ਆਪਣਾ ਸਭ ਕੁਝ ਪਲੈਨਿੰਗ ਕਰਕੇ ਜਾਵੇ। ਕੁਝ ਚੀਜ਼ਾਂ ਨੇ ਬੱਚੇ ਨੂੰ ਪਤਾ ਨਹੀਂ ਕਿ ਉਹ ਕਿਉਂ ਬ੍ਰੇਕ ਲੈ ਸਕਦਾ ਪੜ੍ਹਾਈ ਦੇ ਵਿੱਚ, ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਕੰਮ ਕਰ ਸਕਦਾ ਫੁੱਲ ਟਾਈਮ। ਲਵਰਾਜ, ਮੈਂ ਨੋਟਿਸ ਕੀਤੀ ਸੀ ਇਹ ਗੱਲ, ਜਿਵੇਂ ਕਿ ਕੋਈ ਵੀ ਪ੍ਰੋਫਾਈਲਸ ਆਉਂਦੀਆਂ ਸਾਡੇ ਕੋਲ, ਅਸੀਂ ਤੁਹਾਡੇ ਤੋਂ ਸਾਰੀ ਨੌਲੇਜ ਲੈਂਦੇ ਹਾਂ, ਬਟ ਡਾਇਰੈਕਟਲੀ ਵੀ ਤੁਸੀਂ ਦਿੰਦੇ ਹੋ ਸਟੂਡੈਂਟ ਨੂੰ, ਮਤਲਬ ਬਹੁਤ ਵਧੀਆ ਗੱਲ ਹੈਗੀ ਆ। ਜੋ ਚੀਜ਼ ਤੁਸੀਂ ਸਮਝਾ ਦੇਣੀ ਆ ਸਾਡੇ ਨਾਲੋਂ ਜ਼ਿਆਦਾ ਵਧੀਆ ਬੈਟਰ ਵੀ ਨਾ ਤੁਸੀਂ ਸਮਝਾ ਸਕਦੇ ਹੋ, ਕਿਉਂਕਿ ਸਾਡੇ ਕੋਲ ਤਾਂ ਬਹੁਤ ਸਾਰੇ ਕਾਲਜਿਸ ਆ, ਅਲੱਗ ਅਲੱਗ ਸਭ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ, ਸਭ ਦੇ ਅਲੱਗ ਅਲੱਗ ਆ, ਤੇ ਬਹੁਤ ਜ਼ਿਆਦਾ ਹੈਲਪਫੁਲ ਮਤਲਬ ਹੁੰਦੇ ਨੇ ਸਾਡੇ, ਤੁਸੀਂ ਸਾਨੂੰ ਕਿ ਸਾਰੀ ਚੀਜ਼ਾਂ ਦੱਸਦੇ ਹੋ ਸਾਡੇ ਸਟੂਡੈਂਟਸ ਨੂੰ, ਤੇ ਹੁਣ ਵੀ ਜਿਹੜੇ ਐਪਲੀਕੇਸ਼ਨ ਹੋਣਗੇ ਜਿਹੜੇ ਸਟੂਡੈਂਟਸ ਹੋਣਗੇ, ਅਸੀਂ ਤੁਹਾਨੂੰ ਮਤਲਬ ਡਾਇਰੈਕਟ ਬੱਚਿਆਂ ਦੇ ਨਾਲ ਵੀ ਗੱਲ ਕਰਵਾ ਕੇ ਤੁਸੀਂ ਉੱਥੇ ਵੀ ਵਧੀਆ ਜਿਹੜੀ ਹੈਗੀ ਹੈ ਪੂਰੀ ਬਰੀਫਲੀ ਇਨਫੋਰਮੇਸ਼ਨ ਦੇ ਦੇਣਾ, ਤੇ ਤਕਰੀਬਨ ਵੈਸੇ ਸਾਰੀ ਚੀਜ਼ਾਂ ਕਵਰ, ਅਸੀਂ ਕਾਫੀ ਚੀਜ਼ਾਂ ਕਵਰ ਕੀਤੀਆਂ ਨੇ ਇਸ ਵੀਡੀਓ ਵਿੱਚ। ਫਿਰ ਵੀ ਕੋਈ ਚੀਜ਼ ਅਗਰ ਰਹਿ ਗਈ ਹੋਵੇ ਤੇ ਅਸੀਂ ਡਾਇਰੈਕਟ ਤੁਹਾਨੂੰ ਕਾਲ ਕਰਕੇ ਜਿਹੜਾ ਵਾ ਬੱਚੇ ਨੂੰ ਕਾਨਫਰੰਸ ਤੇ ਲੈ ਕੇ ਜਾਂ ਡਾਇਰੈਕਟ ਤੁਹਾਡਾ ਨੰਬਰ ਦੇ ਕੇ ਵੀ ਤੁਹਾਡੇ ਤੋਂ ਸਾਰੀ ਇਨਫੋਰਮੇਸ਼ਨ ਲੈ ਲਾਂਗੇ। ਜੀ, ਇਹ ਵਿੱਚ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਕੋਟਕੋਰ ਕੋਲ ਕੁਝ ਐਜੇ ਪ੍ਰੋਗਰਾਮਸ ਨੇ ਜਿਹਦੇ ਵਿੱਚ ਬੱਚਾ ਪੜ੍ਹਦੇ ਪੜ੍ਹਦੇ ਇੱਕ ਜੋਬ ਆਪਣੇ ਸਿਕਿਉਰ ਕਰ ਸਕਦਾ ਹੈ। ਜਿਵੇਂ ਕਿ ਜੇ 3 ਸਾਲ ਦਾ ਐਡਵਾਂਸ ਡਿਪਲੋਮਾ ਹੈ, ਬੱਚਾ ਪਹਿਲਾ ਸਾਲ ਖਤਮ ਕਰਨ ਤੋਂ ਬਾਅਦ ਸੈਕੰਡ ਈਅਰ ਸ਼ੁਰੂ ਕਰਨ ਤੋਂ ਪਹਿਲਾਂ ਐਕਚੁਲੀ ਅਸੀਂ ਉਹਨੇ ਗਰੰਟੀਡ ਜੋਬ ਦਵਾ ਕੇ ਦੇਵਾਂਗੇ ਆਪਣੇ ਫੀਲਡ ਦੀ, ਤਾਂ ਜੋ ਸੈਕੰਡ ਐਂਡ ਥਰਡ ਈਅਰ ਪੜ੍ਹਦੇ ਪੜ੍ਹਦੇ ਉਹ ਜੋਬ ਕਰਦੇ ਰਹੇ ਆਪਣੇ ਫੀਲਡ ਦੀ। ਇਸ ਤਰ੍ਹਾਂ ਦੇ ਪ੍ਰੋਗਰਾਮ ਸਾਡੇ ਕੋਲ ਹੈਗੇ ਨੇ, ਤੇ ਮੈਂ ਵਰਡ ਗਰੰਟੀਡ ਬੋਲਿਆ ਉਹ ਵੀ ਵੀਡੀਓ ਤੇ। ਸਰ ਕਿਹੜੇ ਕਿਹੜੇ ਪ੍ਰੋਗਰਾਮ ਸੁਣਗੇ ਹੋ? ਸਾਡੇ ਕੋਲ ਇੱਕ ਬਹੁਤ ਵਧੀਆ ਪ੍ਰੋਗਰਾਮ ਹੈ ਜਿਹੜਾ ਜੁਆਇੰਟ ਪਾਰਟਨਰਸ਼ਿਪ ਪ੍ਰੋਗਰਾਮ ਹੈ ਨਾਰਥ ਐਲਨ ਕਾਲਜ ਤੇ ਕੋਟਕੋਰ ਕਾਲਜ ਦਾ, ਜਿਹਦੇ ਵਿੱਚ ਸਾਡੀ ਐਕਸਪਰਟੀਜ਼ ਹੈ ਵੈਬ ਐਪਲੀਕੇਸ਼ਨ ਤੇ ਉਹਨਾਂ ਦੀ ਹੈ ਡਿਜ਼ਾਈਨ ਐਂਡ ਡਿਵੈਲਪਮੈਂਟ। ਇਹਦੇ ਵਿੱਚ ਕੀ ਹੁੰਦਾ ਕਿ ਬੱਚਾ ਜਿਹੜਾ ਪਹਿਲਾ ਸਾਲ ਵੈਬ ਐਪਲੀਕੇਸ਼ਨ ਦਾ ਐਡਵਾਂਸ ਡਿਪਲੋਮਾ ਸਾਡੇ ਕੋਲ ਕਰਦਾ, ਤੇ ਸੈਕੰਡ ਈਅਰ NIC ਜਾਣ ਤੋਂ ਪਹਿਲਾਂ ਇੱਕ ਜੋਬ ਆਪਣੇ ਹੱਥ ਵਿੱਚ ਲੈ ਕੇ ਜਾਂਦਾ ਹੈ ਐਜ਼ ਅ ਰਿਮੋਟ ਵੈਬ ਡਿਵੈਲਪਰ, ਤਾਂ ਜੋ ਉਹ $20 per hour, $22 per hour, $25 per hour ਤੱਕ ਦੀ ਜੋਬ ਉਹਨੂੰ ਸਿਕਿਉਰ ਕਰਕੇ ਆਪਣਾ ਨਾਰਥ ਐਲਨ ਕਾਲਜ ਦੇ ਕੈਂਪਸ ਤੇ ਆਰਾਮ ਨਾਲ ਸੈਕੰਡ ਈਅਰ ਥਰਡ ਈਅਰ ਪੜ੍ਹ ਵੀ ਸਕਦਾ ਤੇ ਆਪਣੇ ਸਕਿੱਲਸ ਨੂੰ ਇੰਪਲੀਮੈਂਟ ਕਰ ਸਕਦਾ, ਬਿਕੋਜ਼ ਉਹ ਸਾਡਾ ਇੱਕ ਕਾਲਜ ਡਿਪਲੋਮਾ ਕਰਾਇਆ। ਇਹ ਜੁਆਇੰਟ ਪ੍ਰੋਗਰਾਮ ਹੋਣ ਦੇ ਕਰਕੇ ਇੰਡੀਆ ਤੋਂ ਹੀ ਦੋਨੇ ਕਾਲਜਿਸ ਦੀ ਅਸੈਪਟੈਂਸ ਆਉਂਦੀ ਹੈ, ਤੇ 3 ਸਾਲ ਦਾ ਪਰਮਿਟ ਲੈ ਕੇ ਜਾਂਦਾ ਸਟੱਡੀ ਪਰਮਿਟ, ਤੇ 3 ਸਾਲ ਦਾ ਉਹਨੂੰ ਵਰਕ ਪਰਮਿਟ ਮਿਲਦਾ। ਪਰ ਵਰਕ ਪਰਮਿਟ ਮਿਲ ਕੇ ਉਹਨੂੰ ਟੈਨਸ਼ਨ ਨਹੀਂ ਰਹੇਗੀ, ਜੋਬ ਤਾਂ ਪਹਿਲਾਂ ਹੀ ਉਹਦੇ ਹੱਥ ਹੈ, ਔਰ ਸਿਰਫ ਉਹਨੇ ਇਹ ਦੇਖਣਾ ਮੈਂ ਡਾਲਰ ਕਿੰਨੇ ਜ਼ਿਆਦਾ ਕਮਾਵਾਂ, 3 ਸਿਰਫ ਇੱਕ ਸਟੈਂਪ ਰਹਿ ਜਾਏਗੀ ਜਿਹੜੀ ਉਹਨੇ ਮੈਂ ਇੱਕ
लेकिन सर मेडिकल स्टूडेंट ये प्रोग्राम नहीं ले सकता क्योंकि अगर उसको बेसिक नॉलेज ही नहीं होगी ना चीजें दी वो फिर आउट ऑफ ट्रैक चले जाएगा वीजा चांसेस कट जाएंगे जो मेरा अपना सिर्फ एक यही प्रोग्राम है जिसे मैथ्स की रिक्वायरमेंट है इस करके असि मेडिकल वाले बच्चों को ये नहीं दे सकते इधर विच या तो 12वीं वाला बच्चा जिन्हें नॉन मेडिकल रखा सी मिनिमम 60% और अबव वो बच्चा अप्लाई कर सकता है या फिर जिस बच्चे ने बीसीए किया या बीएससी आईटी या बीएससी कंप्यूटर साइंस वो बच्चा भी ये प्रोग्राम ले सकता है 60% मिनिमम से होर सी प्रोफाइल नहीं एक्सेप्ट कर रहे सिर्फ वही या फिर 12th ग्रेड या फिर 12th ग्रेड स्टूडेंट जेदा कंप्यूटर का सब्जेक्ट आंदा वो भी बच्चा कर सकता है इस प्रोग्राम दे विच सिर्फ नॉन मेडिकल वाला बच्चा ज्वाइंट प्रोग्राम है इधर नॉर्थ एलन कॉलेज भी दी रिक्वायरमेंट भी साढ़े नाल ऐड होंदियां ने जे किसी बच्चे ने कल्ला एडवांस वेब एप्लीकेशन भी नॉर्थ एलन कॉलेज वाला ज्वाइंट प्रोग्राम नहीं करना कल्ला एडवांस वेब एप्लीकेशन डिवेलपमेंट डिप्लोमा करना है नाल कोऑप करनी है उस बाद यूनिवर्सिटी ऑफ फ्रेजर वैली दे विच एक साल रोबोटिक्स करना चाहता है या फिर डिजिटल मैनुफैक्चरिंग करना चाहता है 1+1 प्रोग्राम वो कर सकता है वो मेडिकल वाला विद मैथ या फिर कॉमर्स विद मैथ नॉन मेडिकल आर्ट्स विद मैथ ह्यूमैनिटी विद मैथ वो विद मैथ चाहिए बस पर कोई भी प्रोफाइल तो बच्चा वो कला एक साल का प्रोग्राम विद कोऑप उस बाद यूनिवर्सिटी ऑफ फ्रेजर वैली एक साल का ट्रांसफर इन रोबोटिक्स या फिर डिजिटल मैनुफैक्चरिंग वो बच्चा कर सकता है तीन साल अपॉइंटमेंट मिल जाएगा पर यूएसई रोबोटिक्स करने का मौका मिल रहा है तो बहुत हाई लेवल जॉब्स बच्चे लग सकती है एमबीबीएस स्टूडेंट हो पीएचडी की थी होवे बीएड एमएड उन्हां वास्ते इत्थे ऑफर लेटर दे चांसेस एमबीबीएस ते पीएचडी वाला बच्चा नहीं आ सकता असं मास्टर्स जिहड़े बच्चे ने कीतियां नूं एक्सेप्ट नहीं कर रहे सिर्फ 12th प्लस डिप्लोमा या बैचलर डिग्री वध तों वध उस तों उपर वाले बच्चे नूं असं एक्सेप्ट नहीं कर रहे हैं ते बैचलर्स जिहड़े मर्जी फील्ड दी होवे डिपेंडिंग ऑन बच्चे दे फ्यूचर गोल्स की ने असीं उन्हां नूं समझ के एक प्रोग्राम कॉम्बीनेशन वधिया दे सकदे हां बच्चे नूं साडे कोल बीटेक वाला बच्चा भी आउंदा है बीबीए वाला भी आउंदा है बीकॉम वाला भी आउंदा है एग्रीकल्चर वाला भी आउंदा है नर्सिंग वाला भी आउंदा है बीसीए बीएससी आईटी बीएससी नॉन मेडिकल ये सारे बच्चे साडे कोल आ रहे हैं ते हर बच्चे का अपना एक विजन है अगले 3-5 साल की बनना चाहता की करना चाहता है उस तरह का कॉम्बीनेशन जो बच्चे को देने डिफरेंट यूनिवर्सिटी और डिफरेंट कॉम्बीनेशन चलते हैं तो बच्चे की वैल्यू बहुत बढ़िया ऐड होती है सर होप सो पर सारी चीजें तो कवर कर लिया ने अगर कुछ चीजें रह गई ने तो माइंड में चल रही ने तुसी वो भी अपनी इत्थे दस सकदे हो जो मेरे माइंड से मैं तो इस टाइम इस देखो बच्चे मैं बच्चों को तो यही कहूंगा कि वो पहली गल तो जे कोई चीज़ मिस भी हो जाती है नो बिग डील बिकॉज असी जो पहले कह चुके हैं थोड़े नाल मिलकर काउंसलिंग करने को तैयार हाँ हमेशा अगे रह के बच्चे नाल गल करते हैं तो बच्चे ने सिर्फ एको काम करना है फोन करना है थोनू जो वो थोड़े अपने डॉक्यूमेंट थोड़ा शेयर कर सके तो थोड़े थ्रू मेरे नाल जो है कॉन कॉल के उत्ते गल कर सके जो असं बच्चे काउंसलिंग कर सके पर फिलहाल मैं एको चीज़ बच्चों को कहना चाहना क्योंकि काउंसलिंग पार्ट तो असं कवर कर लेंगे बच्चे के नीड बेस्ड की बेस्ट हो रही है फ्यूचर के गाइड कर देंगे पर अज बच्चे नूं एक्शन लेना बहुत जरूरी है बच्चा जे अनसर्टेनिटी लेके एंगजाइटी दे विच सिर्फ इसे चीज़ दे विच बैठा है कि क्या मैं जिहड़ा है वीजा अप्लाई करा शुरू करा क्या मैं एम्बेसी च वीजा लगावा वो जिहड़ी चीज़ है बच्चा कढ के जरूर अपना जिहड़ा है डिसीजन लवे बिकॉज चाहे वह गवर्नमेंट है कैनेडा की चाहे एक कॉलेज है जिवें असीं हां चाहे वह कंसल्टेंस दे विच तुसीं हो तिन्हां दी प्रायोरिटी इस टाइम इंटरनेशनल बच्चा तां जो असीं उन्हां नूं मूहरे रख के उन्हां दे बेनीफिट दे लई ही कुछ ना कुछ कर रहे हां ईवन कैनेडा के इमीग्रेशन मिनिस्टर ने भी इतने तक ऐलान करता है कि इस पेंडेमिक तो बाद जो कैनेडा की इकोनमी का सब तो बड़ा कॉन्ट्रीब्यूटर रहेगा वो इंटरनेशनल बच्चा रहेगा इस करके उन्हों की नीड ज्यादा है बच्चों नालों कि जल्दी जल्दी बॉर्डर खुलन से बच्चे उसे पहुंचे राइट सो असं हर चीज यही ट्राई कर रहे हैं कि किन्ना छेती बच्चों ईजी कर सकी एप्लीकेशन फी वेव्ड है बच्चा बिना वीजे तो शुरू कर सकता है पढ़ाई $3,000 दे के अपना सीट बुक कर सकता है लैपटॉप फ्री दे रहे हैं ऑनलाइन पढ़ा रहे हैं तो सपोर्ट कर रहे हैं पूरा ये तो बाद अभी कर नहीं सकते आई थिंक बहुत बहुत कुछ कर रहा थोड़ा कॉलेज साढ़े लिए बहुत बहुत कुछ चीज़ा तुम ऑलरेडी दे चुके हो हूँ तुम मैं दस्यो कि सैप्टेंबर इनटेक दे विच डेट केड़ी होएगी उन्हें सैशन कदों स्टार्ट होएगा सैप्टेंबर 21st तो साड़ा प्रोग्राम शुरू हो रहा है तो 21 सितंबर तो एक तो डेढ़ हफ्ता पहला असी डेमो क्लासेस देनी है बच्चे शुरू कर देंगे जिन्होंने प्री सैशन क्लासेस देने हैं तो जो बच्चों को जो भी कोई दिक्कत आनी है वो पहले ही आ जाए असं उन्होंने पहले ही रिजॉल्व कर दिए पहले ही समझा दिए जो सितंबर 21st वाली क्लासेस शुरू होने कोई दिक्कत ना आए क्योंकि जिवें कि ऑलरेडी हुण जुलाई स्टार्ट हो चुका वा बच्चे की ऑफर आनी है फिर फीस पे करनी फिर GIC पे करनी है फिर उसकी असी SOP बनानी है डॉक्यूमेंटेशन करनी है फिर फाइलिंग करनी है फिर एम्बेसी ने भी टाइम लेना वो सारा कुछ कैलकुलेट करदिया होया मैं ये देख रही सी डेडलाइन कदों दी हैगी ऑफर लेटर दी देखो जी मैं असी तां ही एक कोविड के चलते ईवन SGS प्रोफाइल्स दे जिहड़ा प्रोसेसिंग है वो कितना ना कितने 50-60 डेज तक पहुंच चुकी जिहड़ी अगे 20-25 डेज होंदी सी इसे करके असी यह डिसीजन लिया बच्चों की हेल्प करने के लिए कि जे तो बच्चा वीजा सिक्योर कर लैंदा फिर तो साडा ऑनलाइन प्रोग्राम शुरू करेगा
बच्चे ने हजे वीजा सिक्योर नहीं किया, बायोमेट्रिक्स नहीं हुए, उन्हें अपनी वीजा फाइल ऑनलाइन नहीं लगाई हजे, पर एलओए ले ली है, वो तो भी साडा प्रोग्राम शुरू कर सकता है, बाद विच वीजा लगाएगा और चांसेस बढ़ जाएंगे, बिकॉज उन्हें क्रेडिट्स कर लेने, असि उन्होंने लिख के देवे कि इन्ने क्रेडिट्स इन्ने परसेंट जीपीए बन रही है, इस करके बच्चे को दिक्कत नहीं आएगी, बच्चे को टेंशन लेने की लड़ नहीं पेगी कि डेडलाइन कि नहीं है, हर बच्चा साडा शुरू कर सकता है फीस देके। फीस की डेडलाइन जी है वो July 30th है। डेफरमेंट हो जाएगी तो केड़े मंथ दी होएगी फिर, कि डायरेक्टली वो बच्चा जैन ले जाएगा या अक्टूबर नवंबर दे विच भी वो बच्चा कर सकता है ज्वाइन कॉलेज? देखो जी, सितंबर दे विच साडा जिहड़ा प्रोग्राम शुरू हो रहा है, जदों भी बच्चा अगे चल के वीजा मिलदा उहनूं ते बॉर्डर खुल जांदे ने, बच्चा अपना जिहड़ा प्रोग्राम है कंटिन्यू कर सकदा जदों भी बॉर्डर खुल जाणगे, ते कैनेडा ते ना होके इह ज्यादा इंडिया ते डिपेंड कर रहा हुण कि इंडिया एज़ अ कंट्री किन्नी छेती अपना कोविड नूं सांभदी है, ते बॉर्डर तां खुल ही जाणे ने, ते कंट्रीज जिवें वीएसी सेंटर्स बैक सेंटर्स चाइना तक खुल चुके ने, इंडिया च नहीं खुले अजे, तो इंडिया ते डिपेंड करदा। बट एक दिक्कत आएगी जिवें नॉन एसडीएस दे विच अगर बच्चा फाइल लगांदा जिवें, ते सितंबर इनटेक दे वास्ते उन्नू काफी दिन पहला जिहड़ी फाइल अपनी लगानी पैंदी है, हैना 25-30 दिन पहला, ते उस दे विच ओहदे फिर रिफ्यूजल दे चांसेस हो जांदे, उस दे लई इक डेडलाइन सानू चाहीदी हुंदी है तां कि असीं प्रॉपर टाइम नाल एम्बेसी विच फाइल लगाईए, इस करके मैं डेट्स पूछ रही सी। एक एक रेगुलर कंडीशन दे विच जे कोविड ना हुंदा जो साडी रेगुलर हुंदियां ने, ਅਸੀਂ 55 days ਪਹਿਲਾਂ ਅਸੀਂ ਰੈਕਮੈਂਡ ਕਰਦੇ ਹਾਂ ਕਿ ਬੱਚੇ ਨੂੰ ਜਿਹੜਾ ਹੈ ਫੀਸ ਪੇ ਕਰਨੀ ਚਾਹੀਦੀ ਹੈ, ਇਸ ਕਰਕੇ September 21st ਸਾਡਾ ਪ੍ਰੋਗਰਾਮ ਸਟਾਰਟਡ ਹੈ, August 10th ਸਾਡਾ ਡੈਡਲਾਈਨ ਹੈ ਟੂ ਪੇ ਦ ਟਿਊਸ਼ਨ ਡਿਪੋਜ਼ਿਟ, ਕਿਉਂਕਿ ਟਿਊਸ਼ਨ ਡਿਪੋਜ਼ਿਟ ਆਉਣ ਤੋਂ ਬਾਅਦ 2-3 ਦਿਨ ਦੇ ਵਿੱਚ ਅਸੀਂ LOA ਜਿਹੜੀ ਇਸ਼ੂ ਕਰ ਦਿੰਦੇ ਹਾਂ। ਹਾਂ ਬਟ ਐਮਬੈਸੀ ਨੇ ਟਾਈਮ ਲੈਣਾ ਨਾ 21st ਸਪਟੈਂਬਰ ਦੀ ਤੁਸੀਂ ਗੱਲ ਕਰ ਰਹੇ ਹੋ ਜੀ, ਇਸੇ ਕਰਕੇ ਅਸੀਂ ਹੁਣ ਕੋਵਿਡ ਦੇ ਚੱਲਦੇ ਆਫਰ ਲੈਟਰ ਤੇ ਤਾਂ ਅਗਸਟ 10th ਲਿਖ ਕੇ ਆਂਦਾ, पर असि रेकमेंड कर रहे हैं कि July 15, July 20 के बीच जो बच्चा अपलाई कर देगा वह बेनीफिट रहेगा, बिकॉज कितना ना कितने फिर भी 60 days मिल जाएंगे अपनी प्रोसैस कराने, पर अगेन बच्चे की हेल्प करने के लिए अभी भी कह दिता कि बच्चा फिर भी रिगार्डलैस ऑफ द वीजा स्टेटस बच्चा शुरू कर सकता सर पढ़ाई September 21st। ठीक है, क्योंकि सानू ऑफर लेटर दी कोई प्रॉब्लम नहीं आंदी, डेफरमेंट दी नहीं आंदी, किसी चीज दी नहीं आंदी है, बस सानू अपना एक टाइम मैनेजमेंट करनी पैंदी है कि प्रॉपरली पूरे टाइम च बच्चे दी जिहड़ी है, पर हुण दा की सिनेरियो कुछ समझ नहीं लग रही है कि एम्बेसी हुण बच्चियां नू मतलब अगर थोड़े दिन पहला भी फाइल असीं भेजदे आ कि सानू ओह वीजा देंदे आ कि नहीं देंदे, ए चीजां हुण अग्गे पता चलणगीआं सानू बीएफएस ओपन होण तों बाद। देखो जी, फ्रेश एप्लीकेशन का बेनिफिट रहेगा, बिना बायोमेट्रिक्स को भी जी एम्बेसी ऑफ फाइल एक्सेप्ट कर रही है, रिजेक्ट नहीं करेगी, तो बच्चे प्रोसेसिंग टाइम थोड़ा घट जाएगा, एटलीस्ट फाइल और सिस्टम चले जाएगी, मे बी फर्स्ट कम फर्स्ट सर्व चले, तो जी पहला लगी हुई है उन्होंने पहला मौका मिलेगा, तो जो बायोमेट्रिक्स आ जाएंगे बच्चा अपना बायोमेट्रिक्स ऑनलाइन अपलोड कर सकता है। एग्जैक्ट, मैं भी यही चीजा लोगों के अपनी वीडियोस वगैरह अपलोड करके या अपनी गल्ला दस के अपनी जो अजम्पशंस ने मेरिया जो मेरा तजर्बा जो मेरा एक्सपीरियंस है मैं ही शेयर करती रहनी हाँ कि बायोमैट्रिक की वेट आप कर रहे हैं जिम्मे उस तो पहले ही असं अपनी फाइल जी एम्बेसी भेजती है ताकि एटलीस्ट एम्बेसी अपना अद्धे तो ज़्यादा काम करके रख छे भी इन्होंने असं वीजा देने ने यह बच्चे एलीजिबल हैगा वा इसका वीजा जरा वा आएगा वो चीज़ा उन्होंने जो वर्कलोड घट जाएगा क्योंकि पहले ही अपना काम घटाना चाहते हैं बट लोगों में अवेयरनेस नहीं हैगी है बच्चे डरे हुए हैं वो सोचते हैं कि एक बार बीएफएस स्टार्ट हो फिर ही असं फाइल लगाइए पर तो सारा टाइम जो वेस्ट हो रहा है स्टूडेंट्स का बारे बिल्कुल जी, थैंक्स टू यू एंड टीम फॉर प्रोवाइडिंग दिस प्लेटफॉर्म, बच्चे ना गल करने का मौका मिलता है, बच्चे नू सही जानकारी देने का मौका मिलता है, जिवें तो दस्या नेक्स्ट टाइम प्रोबेबली होपफुली एवरी मंथ वी कैन मेक अ वीडियो विद यू, वी कैन पिक वन टॉपिक एंड डिस्कस ऑन दैट टॉपिक ओनली, फॉर एग्जाम्पल यूनिवर्सिटी ट्रांसफर बारे बच्चों को घट पता होता है यूनिवर्सिटी ट्रांसफर बारे गल कर सकते हैं, कोअप बारे घट पता होता है एक दिन अभी कोअप बारे गल कर सकते हैं, तो एक दिन अभी कला ब्रिटिश कोलंबिया की अपॉर्चुनिटीज बारे गल कर सकते हैं, असं इदा सैशन जरूर रख सकते हैं ताकि बच्चों को सही जी है इनफॉर्मेशन दी जा सके। मैनू बड़ी खुशी मिलूगी, मेरे को 200-250 कॉलेज यूनिवर्सिटीज डायरेक्ट ने कैनेडा दे विच, बट ए वीडियो जेडियां तुहाडे नाल मेरियां होणगियां ओह बच्चियां वास्ते एक बहुत ज़्यादा फायदेमंद होणगियां तां कि एटलीस्ट उन्हां नूं नॉलेज मिलदी रहे, जो कि मेरा एक एम हैगा मेरी लाइफ दा कि मैं स्टूडेंट्स नूं जेड़ा वा ओह नॉलेज देनी है वध तों वध तां कि एटलीस्ट उन्हां नूं कुछ समझ लग सके,
ਉਹਨਾਂ ਨੂੰ ਨੌਲੇਜ ਮਿਲਣੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਪਿੰਡਾਂ ਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਜਾ ਕੇ ਸਿੱਧਾ ਫਾਈਲ ਰੱਖ ਦਿੰਦੇ ਟੇਬਲ ਤੇ ਕਿ ਸਾਨੂੰ ਭੇਜ ਦਿਓ, ਕੈਨੇਡਾ ਭੇਜ ਦਿਓ, ਸਾਨੂੰ ਪਤਾ ਕੁਛ ਨਹੀਂ ਆ ਕਿਹੜੇ ਕਾਲਜ ਜਾਣਾ, ਕਿਉਂ ਜਾਣਾ, ਉਹਦੇ ਬੈਨੀਫਿਟਸ ਕੀ ਨੇ, ਉੱਥੇ ਕੀ ਮਿਲ ਰਿਹਾ ਉਹਨਾਂ ਨੂੰ, ਤੇ ਇਹ ਸਾਰੀ ਚੀਜ਼ਾਂ ਜਿਹੜੀ ਇਨਫੋਰਮੇਸ਼ਨ ਦੇਣ ਵਾਸਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅੱਜ ਕਿ ਤੁਸੀਂ ਇੰਨੀ ਵਧੀਆ ਇਨਫੋਰਮੇਸ਼ਨ ਦਿੱਤੀ ਹੈ, ਤੇ ਫਰਦਰ ਵੀ ਇਨ ਫਿਊਚਰ ਆਪਾਂ ਫਿਰ ਇਸ ਤਰ੍ਹਾਂ ਦੇ ਵੀਡੀਓਜ਼ ਬਣਾਇਆ ਕਰਾਂਗੇ ਤੇ ਲੋਕਾਂ ਤੱਕ ਪਹੁੰਚਾਇਆ ਕਰਾਂਗੇ ਸਟੂਡੈਂਟਸ ਤੱਕ। ਬਿਲਕੁਲ ਬਿਲਕੁਲ, ਸਾਰਾ ਕੁਝ ਕਵਰ ਕਰ ਲਿਆ ਅਸੀਂ ਲਵਰਾਜ, ਕੁਝ ਰਹਿ ਗਿਆ? ਜੀ ਬਿਲਕੁਲ ਜੀ ਬਿਲਕੁਲ, ਬਾਕੀ ਜੇ ਰਹਿ ਗਿਆ ਤੇ ਅਵੇਲੇਬਲ ਹੈਗੇ ਆ ਕੱਲ ਤੋਂ ਬੱਚਿਆਂ ਨਾਲ ਲੋਕਾਂ। ਸੋ ਥੈਂਕਸ ਅ ਲੋਟ ਆਲ ਮਾਈ ਫੇਸਬੁੱਕ ਵੀਅਰਸ, ਔਰ ਜਿੱਥੇ ਜਿੱਥੇ ਮੇਰੀ ਵੀਡੀਓ ਜਾਏਗੀ YouTube ਚੈਨਲ ਤੇ, YouTube ਪਲੇਟਫਾਰਮ ਤੇ, ਔਰ ਬਹੁਤ ਸਾਰੇ ਸਾਰੇ ਪਲੇਟਫਾਰਮਸ ਨੇ ਜਿੱਥੇ ਕਿ ਅਸੀਂ ਅਪਲੋਡ ਕਰਦੇ ਰਹਿੰਦੇ ਆਪਣੀ ਵੀਡੀਓਜ਼ ਨੌਲੇਜ ਦੇਣ ਵਾਸਤੇ ਆਪਣੀ ਸਟੂਡੈਂਟਸ ਨੂੰ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬਹੁਤ ਜ਼ਿਆਦਾ ਲਵ ਐਂਡ ਸਪੋਰਟ ਦਿੱਤਾ ਸਾਨੂੰ, ਇਸੇ ਤਰ੍ਹਾਂ ਸਾਨੂੰ ਪਿਆਰ ਕਰਦੇ ਰਹੋ ਤੇ ਇਸੇ ਤਰ੍ਹਾਂ ਸਾਨੂੰ ਸਪੋਰਟ ਕਰਦੇ ਰਹੋ ਤੇ ਰੈਫਰ ਕਰਦੇ ਰਹੋ ਫਲਾਈ ਅਬਰਾਊਡ ਨੂੰ, ਤੇ ਮੈਂ ਤੁਹਾਡਾ ਸਾਰਿਆਂ ਤੋਂ ਥੈਂਕਸ ਕਰਨਾ ਚਾਹੁੰਦੀ ਹਾਂ, ਤੇ ਲਵਰਾਜ ਗਰੇਵਾਲ ਤੁਹਾਡਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਟਾਈਮ ਕੱਟ ਕੇ ਇੰਨਾ ਕਿ ਸਾਡੇ ਨਾਲ ਅੱਜ ਲਾਈਵ ਹੋਏ ਤੁਸੀਂ। That's great, lovely. Thank you very much. Great, lovely. All right, bye-bye. Okay, bye-bye. Bye-bye.